ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਗਿਆਨ ਧਿਆਨ ਕਿਛੁ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੁ ਨਾਨਕ ਜਿਨ ਕਦ ਰਾਖੀ ਮੇਰੀ ਗਿਆਨ ਧਿਆਨ ਕਿਛੁ ਕਰਮ ਨ ਜਾਣਾ ਨਾਹਿ ਨ ਨਿਰਮਲ ਕਰਨੀ ਸਾਧ ਸੰਗਤ ਕੇ ਅੰਚਲ ਲਾਵੋ ਬਿਖਮ ਨਦੀ ਜਾਇ ਤਰਣੀ ਜਿਉਂ ਬੁਲਾਵੈ ਤਿਉਂ ਬੋਲੈ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਦੀਨ ਦੁਨੀਆ ਦੇ ਵਾਲੀ ਤਖਤ ਚਬਰ ਛਤਰ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜੁੜ ਬੈਠੀ ਗੁਰੂ ਰੂਪ ਗੁਰੂ ਸਰੂਪ ਸਤ ਸੰਗਤ ਜੀਓ, ਮੁੱਖ ਰਸਨਾਂ ਦੀ ਪਵਿੱਤਰਤਾ ਵਾਸਤੇ ਅਤੇ ਸਾਹਿਬਾਂ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਣ ਵਾਸਤੇ ਗੁਰੂ ਫਤਿਹ ਦੇ ਸਾਂਝ ਪਾਓ। ਕੋਈ ਰਵਸਨਾ ਵਾਂਝੀ ਨਾ ਰਹੇ, ਉੱਤਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਮੂਹ ਸੰਗਤਾਂ, ਧੰਨਤਾ ਦੇ ਯੋਗੋ, ਜੋ ਗੁਰੂ ਨਾਨਕ ਪਾਤਸ਼ਾਹ ਜੀ ਦਾ 550ਵਾਂ ਪ੍ਰਕਾਸ਼ ਉਤਸਵ, ਜੋ ਸਮੂਹ ਗੁਰੂ ਨਾਨਕ ਨਾਮ ਲੇਵਾ, ਚਾਹੇ ਉਹ ਦੇਸ਼ਾਂ ਵਿੱਚ ਹੈ ਚਾਹੇ ਵਿਦੇਸ਼ਾਂ ਵਿੱਚ ਵੱਸਦਾ, ਬੜੇ ਉਤਸ਼ਾਹ ਦੇ ਨਾਲ ਅਰਧ ਸ਼ਤਾਬਦੀ ਦੇ ਰੂਪ ਵਿੱਚ ਆਪਣੇ ਬਿਰਤ ਅਨੁਸਾਰ ਸਤਿਗੁਰਾਂ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ, ਸੋ ਨਗਰਾਂ ਵਿੱਚ ਸ਼ਹਿਰਾਂ ਵਿੱਚ ਵੱਡੇ ਵੱਡੇ ਸਮਾਗਮ ਕਰਕੇ ਗੁਰੂ ਉਪਦੇਸ਼ਾਂ ਤੋਂ ਸੰਗਤਾਂ ਨੂੰ ਜਾਣੂ ਕਰਵਾਉਣ ਦਾ ਯਤਨ ਕਰਵਾ ਰਿਹਾ ਹੈ। ਤਾਂ ਤੇ ਉਸੇ ਘੜੀ ਦੇ ਵਿੱਚ ਸਮੂਹ ਪਟਨੂਰਾ ਨਿਵਾਸੀ ਸਾਧ ਸੰਗਤ ਨੇ ਇਲਾਕੇ ਦੇ ਸਹਿਯੋਗ ਦੇ ਨਾਲ ਇਹ ਸਮਾਗਮ ਰਚਨਾ ਕੀਤੇ ਹੈ, ਔਰ ਜਿਸ ਵਿੱਚ ਆਪ ਜੀ ਸਿੰਘ ਸਾਹਿਬ ਭਾਈ ਮਹਿਲ ਸਿੰਘ ਜੀ ਦੇ ਜਥੇ ਪਾਸੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਸੰਗ, ਜੋ ਬਨਾਰਸ ਵਿੱਚ ਗੁਰਦੇਵ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੁੱਤੇ ਦੇ ਮਰੇ ਹੋਏ ਕਰੰਗ ਦੇ ਪਾਸੋਂ ਉਸ ਨਾਨੂ ਨਾਵੇਂ ਪੰਡਿਤ ਨੂੰ ਉਹਦਾ ਹੰਕਾਰ ਦੂਰ ਕੀਤਾ ਅਤੇ ਉੱਥੇ ਉਪਦੇਸ਼ ਦੇਣਾ ਕੀਤਾ, ਪੜ ਪੁਸਤਕ ਸੰਧਿਆ ਵਾਦੰ ਸਿਲ ਪੂਜਸ ਬਗਲ ਸਮਾਦੰ ਮੁੱਖ ਝੂਠ ਵਿਭੂਖਨ ਸਾਰੰ ਤ੍ਰੈਪਾਲ ਤੇ ਹਾਲ ਵਿਚਾਰੰ ਗਲ ਮਾਲਾ ਤਿਰਕ ਲਲਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੋ ਕਰਮੰ। ਸੰਸਕ੍ਰਿਤੀ ਸਲੋਕਾਂ ਦੇ ਵਿੱਚ ਉੱਥੇ ਦੇ ਪੰਡਿਤਾਂ ਨੂੰ ਉਪਦੇਸ਼ ਦੇ ਕੇ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜਨਾ ਕੀਤਾ। ਜੇ ਆਪਾਂ ਗੁਰੂ ਮਹਾਰਾਜ ਜੀ ਦੇ ਇੱਕ ਇੱਕ ਪ੍ਰਸੰਗ ਨੂੰ ਵਿਚਾਰ ਕਰਨ ਦੀ ਲੜੀ ਬਣਾਉਣਾ ਕਰੀਏ ਅਤੇ ਇੰਝ ਕਹਿ ਲਈਏ, ਭਾਵੇਂ ਸਵੇਰ ਤੋਂ ਸ਼ਾਮ ਤੱਕ ਵਰਿਆਂ ਵੱਧੀ ਗੁਰੂ ਮਹਾਰਾਜ ਜੀ ਦੇ ਪਰਉਪਕਾਰਾਂ ਨੂੰ ਯਾਦ ਕਰੀਏ, ਉਹਨਾਂ ਦਾ ਲੇਖਾ ਜੋਖਾ ਨਹੀਂ ਕੀਤਾ ਜਾ ਸਕਦਾ। ਕੇਵਲ ਇੱਕੋ ਪੰਕਤੀ ਹੀ ਗੁਰਦੇਵ ਜੀ ਦੇ ਰਹਿਮਤਾਂ ਬਖਸ਼ਿਸ਼ਾਂ ਉੱਪਰ ਕਹੀ ਜਾ ਸਕਦੀ ਹੈ।
ਦਾਤਾ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕਰ ਊਚ ਭਗਵਾਨਾ। ਜਦੋਂ ਆਪਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਜੀਵਨ ਪੜ੍ਹਦੇ ਹਾਂ, ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਯੋਗੀਆਂ ਨੂੰ, ਬ੍ਰਾਹਮਣਾਂ ਨੂੰ ਉਪਦੇਸ਼ ਦੇਣਾ ਕੀਤਾ, ਉੱਥੇ ਚੋਰਾਂ ਕੋਲ ਗਏ ਆ, ਠੱਗਾਂ ਕੋਲ ਗਏ ਆ, ਔਰ ਵੱਡੇ ਵੱਡੇ ਅਭਿਮਾਨੀਆਂ ਪਾਸ ਜਾ ਕਰਕੇ, ਔਰ ਦੁਨੀਆਦਾਰ ਦੁਨੀ ਵਾਲੇ ਜਿਹੜੇ ਦੁਨੀ ਚੰਦ ਵਰਗਿਆਂ ਕੋਲ, ਹਮੀਰ ਕਾਦੂ ਦੇ ਕਾਰੂ ਦੇ ਕੋਲ ਜਾ ਕੇ ਉਹਨਾਂ ਨੂੰ ਸੱਚ ਧਰਮ ਦਾ ਉਪਦੇਸ਼ ਦੇਣਾ ਕੀਤਾ। ਜਦੋਂ ਆਪਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਜੀਵਨ ਪੜ੍ਹਦੇ ਹਾਂ, ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਆਪਣੇ ਜੀਵਨ ਦੇ 24 ਸਾਲ ਦਾ ਸਮਾਂ ਘਰ ਵਿੱਚੋਂ ਉਦਾਸੀਆਂ ਧਾਰਨ ਕਰਕੇ 42,000 ਮੀਲ ਦਾ ਸਫ਼ਰ ਔਰ ਕਰਕੇ, ਔਰ ਜਦੋਂ ਆਪਾਂ ਦੇਖਦੇ ਹਾਂ ਪਾਕਿਸਤਾਨ, ਬੰਗਲਾਦੇਸ਼, ਅਰਬ, ਇਰਾਕ, ਇਰਾਨ, ਅਫਗਾਨਿਸਤਾਨ, ਉਜ਼ਬੇਕਿਸਤਾਨ, ਰੂਸ, ਚੀਨ, ਔਰ ਇਸੇ ਪ੍ਰਕਾਰ ਨੇਪਾਲ, ਭੂਟਾਨ, ਸਿੱਕਮ, ਔਰ ਇੱਥੋਂ ਤੱਕ ਇਟਲੀ ਤੱਕ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਾ ਕਰਕੇ ਸੱਚ ਧਰਮ ਦਾ ਹੁੱਕਾ ਦੇਣਾ ਕੀਤਾ। ਔਰ ਜਿੱਥੇ ਵੀ ਗੁਰਦੇਵ ਗੁਰੂ ਨਾਨਕ ਪਾਤਸ਼ਾਹ ਜੀ ਗਏ ਆ, ਗੜ੍ਹ, ਬਗਦਾਦ, ਨਵਾਇਕੇ, ਮੱਕਾ, ਮਦੀਨਾ ਸਭ ਨਵਾਇਆ। ਸਾਰੇ ਸੰਸਾਰ ਦੇ ਜੋ ਭਰਮਾਂ ਵਹਿਮਾਂ ਵਿੱਚ ਫਸੀ ਹੋਈ ਲੁਕਾਈ ਸੀ, ਜੋ ਧਰਮ ਦੇ ਠੇਕੇਦਾਰ, ਧਰਮ ਦੇ ਆਗੂ ਲੋਕਾਂ ਨੂੰ ਕਿਰਾਏ ਪਾ ਰਹੇ ਸਨ, ਉਹਨਾਂ ਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜਨਾ ਕੀਤਾ। ਔਰ ਗੁਰੂ ਕੀ ਬਾਣੀ ਦਾ ਸਾਰਾ ਧੁਰਾ ਜਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਦਾ ਧੁਰਾ ਕੀ ਹੈ? ਇੱਕ, ਜਦੋਂ ਆਪਾਂ ਗੁਰੂ ਕੀ ਬਾਣੀ ਨੂੰ ਪੜ੍ਹਦੇ ਹਾਂ, ਸਾਰਾ ਉਪਦੇਸ਼ ਸਤਿਗੁਰਾਂ ਨੇ ਅੱਖਰਾਂ ਵਿੱਚ, ਗੁਰਮੁਖੀ ਲਿਪੀ ਵਿੱਚ, ਸੰਸਕ੍ਰਿਤ ਵਿੱਚ, ਇੱਥੋਂ ਤੱਕ 17 ਭਾਸ਼ਾਵਾਂ ਵਿੱਚ ਸੰਸਾਰ ਨੂੰ ਪ੍ਰਦਾਨ ਕੀਤਾ। ਜਿੱਥੇ ਵੀ ਗਏ ਆ ਉਸ ਬੋਲੀ ਵਿੱਚ ਉਪਦੇਸ਼ ਦੇਣਾ ਕੀਤਾ। ਜੇ ਮੁਸਲਮਾਨਾਂ ਵਿੱਚ ਗਏ ਆ, ਜਗ ਅਰਧ ਕਰਦਮ ਜਗ ਅਰਧ ਗੁਫਤਮ ਪੇਸ਼ਤੋ ਦਰਗੋਸ਼ ਕਨ ਕੁੰਨ ਕਰਦਾਰ ਹੱਕਾ ਕਬੀਰ ਕਰੀਮ ਤੋਂ ਬੇਐਬ ਪਰਬਦਗਾਰ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਉਹਨਾਂ ਦੀ ਭਾਸ਼ਾ ਵਿੱਚ ਜਾਣਾ ਕੀਤਾ। ਜੇ ਪੰਡਤਾਂ ਕੋਲ ਗਏ ਆ, ਸੰਸਕ੍ਰਿਤ ਵਿੱਚ ਉਪਦੇਸ਼ ਦੇਣਾ ਕੀਤਾ। ਔਰ ਸਭ ਤੋਂ ਵੱਡਾ ਜੋ ਭੁਲੇਖਾ ਸੀ, ਜੋ ਪਰਮਾਤਮਾ ਪ੍ਰਤੀ, ਜਿੱਥੇ ਸਾਰਾ ਉਪਦੇਸ਼ ਅੱਖਰਾਂ ਵਿੱਚ ਦਿੱਤਾ, ਜਦੋਂ ਇੱਕ ਪਰਮਾਤਮਾ ਦੀ ਗੱਲ ਕੀਤੀ ਹੈ, ਇੱਕ ਦੀ ਵਜ਼ਾਹਤ ਜਿਹੜੀ ਕੀਤੀ ਆ ਉਹ ਹਿੰਸੇ ਵਿੱਚ ਕੀਤੀ ਹੈ। ਹਿੰਸਾ ਜਿਹੜਾ ਉਹਦੇ ਕਦੀ ਵੀ ਅਰਥ ਜਿਹੜੇ ਆ ਬਦਲੇ ਨਹੀਂ ਜਾ ਸਕਦੇ। ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਵਿੱਚ ਏਕਾ ਲਾਇਆ ਕਿ ਪਰਮਾਤਮਾ ਇੱਕ ਹੈ, ਕਿਉਂਕਿ ਪਰਮਾਤਮਾ ਪ੍ਰਤੀ ਵੀ ਉਸ ਸਮੇਂ ਭੁਲੇਖਾ ਪਿਆ ਹੋਇਆ ਸੀ। ਕੋਈ ਉਸ ਵੇਲੇ ਕਹਿੰਦਾ ਸੀ ਕਿ ਇੱਕ ਪਰਮਾਤਮਾ ਪੈਦਾ ਕਰਨ ਵਾਲਾ, ਦੂਜਾ ਪਾਲਣਾ ਕਰਨ ਵਾਲਾ, ਇੱਕ ਹੋਰ ਪਰਮਾਤਮਾ ਹੈ ਜੋ ਸੰਸਾਰ ਦੀ ਲੈਤਾ ਕਰਦਾ, ਜਿਹਨੂੰ ਲੋਕ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵਜੀ ਕਰਕੇ ਪੂਜਦੇ ਸਨ। ਔਰ ਇਹ ਗਿਣਤੀ ਜਿਹੜੀ ਪਰਮਾਤਮਾ ਦੀ ਤਿੰਨਾਂ ਉੱਤੇ ਖੜ੍ਹੀ ਨਹੀਂ ਰਹੀ, ਔਰ ਵੱਧਦੀ ਵੱਧਦੀ 33 ਕਰੋੜ ਉੱਤੇ ਚਲੇ ਗਈ। ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਆ ਕੇ ਇਹ ਬੁਨਿਆਦੀ ਭੁਲੇਖਾ ਦੂਰ ਕੀਤਾ ਕਿ ਆ ਸੰਸਾਰ ਦੇ ਲੋਕੋ, ਪਰਮਾਤਮਾ ਵਾਹਿਦ ਅਤੇ ਵਾਹਿਦ ਕੇਵਲ ਇੱਕ ਹੈ ਔਰ ਸਾਰਾ ਉਹਦਾ ਹੀ ਆਕਾਰ ਹੈ। ਆਪਾਂ ਪੜ੍ਹਦੇ ਇੱਕ ਓਅੰਕਾਰ, ਪਰਮਾਤਮਾ ਕੇਵਲ ਅਤੇ ਕੇਵਲ ਇੱਕ ਹੈ। ਸਾਰਾ ਜੋ ਵੀ ਆਪਾਂ ਦੇਖ ਰਹੇ ਹਾਂ, ਜੋ ਸਾਡੀ ਦ੍ਰਿਸ਼ਟੀ ਤੋਂ ਪਰੇ ਹੈ, ਸਾਰਾ ਉਸ ਇੱਕ ਦਾ ਹੀ ਆਕਾਰ ਹੈ, ਸਾਰਾ ਇੱਕ ਦਾ ਹੀ ਪਸਾਰਾ ਹੈ। ਅਤੇ ਸਤਿਗੁਰਾਂ ਨੇ ਸ਼ਬਦਾਂ ਵਿੱਚ ਵੀ ਫਰਮਾਨ ਕੀਤਾ, ਸਾਹਿਬ ਮੇਰਾ
ਏਕੋ ਹੈ ਭਾਈ ਏਕੋ ਹੈ, ਆਪੇ ਮਾਰੇ ਆਪੇ ਛੋਡੇ ਆਪੇ ਲੇਵੇ ਦੇ। ਉਹ ਪਰਮਾਤਮਾ ਇੱਕ ਹੈ, ਉਹ ਇੱਕ ਹੀ ਸਾਰਿਆਂ ਨੂੰ ਪੈਦਾ ਕਰਨ ਵਾਲਾ, ਇੱਕ ਹੀ ਸਾਰਿਆਂ ਦੀ ਪਾਲਣਾ ਕਰਦਾ, ਇੱਕ ਹੀ ਸਾਰਿਆਂ ਦੀ ਲੈਤਾ ਕਰਦਾ, ਇੱਕ ਤੋਂ ਬਗੈਰ ਹੋਰ ਕੋਈ ਨਹੀਂ ਹੈ। ਜਦੋਂ ਇਸੇ ਪ੍ਰਕਾਰ ਗੁਰੂ ਨਾਨਕ ਪਾਤਸ਼ਾਹ ਪੀਰ ਦਸਤਗੀਰ ਦੇ ਕੋਲ ਗਏ, ਉਸ ਨੇ ਪੰਜ ਪ੍ਰਸ਼ਨ ਗੁਰਦੇਵ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੁੱਛਣਾ ਕੀਤੇ ਆ। ਉਹਨਾਂ ਪੰਜ ਪ੍ਰਸ਼ਨਾਂ ਵਿੱਚੋਂ ਇੱਕ ਪ੍ਰਸ਼ਨ ਇਹ ਵੀ ਸੀ ਕਿ ਪਰਮਾਤਮਾ ਤੋਂ ਕੋਈ ਐਸਾ ਕੰਮ ਵੀ ਹੈ ਜਿਹੜਾ ਨਹੀਂ ਹੋ ਸਕਿਆ। ਗੁਰੂ ਨਾਨਕ ਪਾਤਸ਼ਾਹ ਜੀ ਨੇ ਹਾਂ ਵਿੱਚ ਉੱਤਰ ਦੇਣਾ ਕੀਤਾ। ਕਹਿਣ ਲੱਗੇ, ਦਸਤਗੀਰ, ਇਹ ਕਰਮ ਜਿਹੜਾ ਉਹ ਪਰਮਾਤਮਾ ਤੋਂ ਵੀ ਨਹੀਂ ਹੋ ਸਕਿਆ। ਪਹਿਲੇ ਚਾਰ ਪ੍ਰਸ਼ਨ ਸਨ ਕਿ ਪਰਮਾਤਮਾ ਦਾ ਮੂੰਹ ਕਿੱਧਰ ਹੈ, ਦੂਸਰਾ ਕਿਉਂਕਿ ਉਹਨਾਂ ਦਾ ਅਕੀਦਾ ਸੀ ਪੱਛੋਂ ਵਾਲੇ ਪਾਸੇ ਪਰਮਾਤਮਾ ਰਹਿੰਦਾ, ਅਬਾਦਤ ਉੱਧਰ ਨੂੰ ਕਰਦੇ ਆ, ਔਰ ਦੂਸਰਾ ਪ੍ਰਸ਼ਨ ਸੀ ਜੇ ਪਰਮਾਤਮਾ ਸਰਵ ਵਿਆਪਕ ਹੈ ਉਹ ਫਿਰ ਸਾਨੂੰ ਦ੍ਰਿਸ਼ਟੀ ਕਿਉਂ ਨਹੀਂ ਆਉਂਦਾ। ਤੀਸਰਾ ਪ੍ਰਸ਼ਨ ਸੀ ਕਿ ਪਰਮਾਤਮਾ ਕਰਦਾ ਕੀ ਹੈ। ਚੌਥਾ ਪ੍ਰਸ਼ਨ ਸੀ ਕਿ ਪਰਮਾਤਮਾ ਤੋਂ ਪਹਿਲਾਂ ਕੀ ਸੀ। ਜੇ ਆਪਾਂ ਇਹਨਾਂ ਪ੍ਰਸ਼ਨਾਂ ਨੂੰ ਵਾਚਣ ਲੱਗ ਪਏ ਸਮਾਂ ਵਧੇਕ ਲੱਗ ਜਾਵੇਗਾ। ਔਰ ਪੰਜਵਾਂ ਪ੍ਰਸ਼ਨ ਉਸ ਨੇ ਕਰਨਾ ਕੀਤਾ, ਕੋਈ ਐਸਾ ਕੰਮ ਵੀ ਹੈ ਜਿਹੜਾ ਪਰਮਾਤਮਾ ਤੋਂ ਨਹੀਂ ਹੋ ਸਕਿਆ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਾਂ, ਇੱਕ ਕੰਮ ਜਿਹੜਾ ਉਹ ਪਰਮਾਤਮਾ ਵੀ ਨਹੀਂ ਕਰ ਸਕਿਆ। ਬੜਾ ਹੈਰਾਨ ਹੋਇਆ। ਤਾਂ ਤਾਂ ਦਸਤਗੀਰ ਕਹਿਣ ਲੱਗਾ, ਪਾਤਸ਼ਾਹ ਉਹ ਕਿਹੜਾ ਕੰਮ ਹੈ ਜਿਹੜਾ ਪਰਮਾਤਮਾ ਤੋਂ ਨਹੀਂ ਹੋ ਸਕਿਆ ਅਤੇ ਨਾ ਕਰ ਸਕਿਆ। ਸਤਿਗੁਰੂ ਕਹਿੰਦੇ, ਪਰਮਾਤਮਾ ਆਪਣੇ ਵਰਗਾ ਪਰਮਾਤਮਾ ਨਹੀਂ ਪੈਦਾ ਕਰ ਸਕਿਆ। ਔਰ ਆਪਾਂ ਗੁਰਦੇਵ ਜੀ ਦਾ ਫਰਮਾਨ ਵੀ ਪੜ੍ਹਦੇ ਹਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ, ਕਿ ਗੁਣ ਇਹੋ ਹੋਰ ਨਾਹੀਂ ਕੋਏ, ਨਾ ਕੋ ਹੋਆ ਨਾ ਕੋ ਹੋਏ। ਪਰਮਾਤਮਾ ਵਰਗਾ ਨਾ ਕੋ ਪਿੱਛੇ ਸੀ ਨਾ ਹੁਣ ਹੈ ਨਾ ਅਗਾਂਹ ਹੀ ਹੋਵੇਗਾ। ਉਹ ਤਾਂ ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੈ, ਭਗਤ ਰਵਿਦਾਸ ਜੀ ਦਾ ਫਰਮਾਨ ਹੈ। ਤਾਂ ਤਾਂ ਉਹ ਪਰਮਾਤਮਾ ਪ੍ਰਤੀ ਜੋ ਭੁਲੇਖਾ ਪਿਆ ਹੋਇਆ ਸੀ ਉਹ ਕੱਢਣਾ ਕੀਤਾ ਕਿ ਪਰਮਾਤਮਾ ਕੇਵਲ ਅਤੇ ਕੇਵਲ ਇੱਕ ਹੈ, ਉਹਦੇ ਨਾਲੋਂ ਆਪਾਂ ਵਿਛੜੇ ਹਾਂ, ਉਹਦੇ ਨਾਲ ਮਿਲਣਾ ਸਾਡੇ ਜੀਵਨ ਦਾ ਲਕਸ਼ ਹੈ। ਔਰ ਗੁਰੂ ਮਹਾਰਾਜ ਜੀ ਨੇ ਸਾਡਾ ਲੋਕ ਪ੍ਰਲੋਕ ਸਵਾਰਨ ਕਰਨ ਵਾਸਤੇ ਆਪਣੇ ਜੀਵਨ ਕਾਲ ਵਿੱਚ ਚਾਰ ਮੁੱਖ ਉਪਦੇਸ਼ ਦੇਣਾ ਕੀਤੇ ਆ। ਪਹਿਲਾ ਉਪਦੇਸ਼ ਸੀ ਕਿ ਹਰ ਮਨੁੱਖ ਦੀਆਂ ਪਰਮਾਤਮਾ ਨੇ ਜੋ ਸਰੀਰ ਦਿੱਤਾ ਉਹਦਾ ਲੋੜਾਂ, ਉਹ ਲੋੜਾਂ ਕੀ ਆ, ਜਿਹਨੂੰ ਆਪਾਂ ਕੁੱਲੀ ਗੁੱਲੀ ਅਤੇ ਜੁੱਲੀ ਦਾ ਨਾਂ ਦਿੰਦੇ ਹਾਂ। ਕੁੱਲੀ ਦਾ ਭਾਵ ਮਨੁੱਖ ਨੂੰ ਆਪਣੀ ਰਿਹਾਇਸ਼ ਵਾਸਤੇ, ਗਰਮੀ ਸਰਦੀ ਤੋਂ ਬਚਣ ਵਾਸਤੇ ਮਕਾਨ ਚਾਹੀਦਾ, ਔਰ ਜੁੱਲੀ ਦਾ ਭਾਵ ਲੀੜਾ ਕੱਪੜਾ ਚਾਹੀਦਾ, ਔਰ ਤੀਸਰਾ ਹੈ ਖਾਣ ਵਾਸਤੇ ਆਹਾਰ ਚਾਹੀਦਾ, ਔਰ ਤਿੰਨੇ ਚੀਜ਼ਾਂ ਜਿਹੜੀਆਂ ਮਾਇਆ ਤੋਂ ਬਗੈਰ ਮਨੁੱਖ ਪ੍ਰਾਪਤ ਨਹੀਂ ਕਰ ਸਕਦਾ। ਔਰ ਮਾਇਆ ਨੂੰ ਪ੍ਰਾਪਤ ਕਰਨ ਵਾਸਤੇ ਸਤਿਗੁਰੂ ਕਹਿੰਦੇ ਹਰ ਪ੍ਰਾਣੀ ਨੂੰ ਕਿਰਤ ਕਰਨੀ ਚਾਹੀਦੀ ਆ। ਜਿਹੜਾ ਮਨੁੱਖ ਕਿਰਤ ਕਰਦਾ ਉਹਦੀਆਂ ਤਿੰਨੇ ਲੋੜਾਂ ਸੰਸਾਰ ਦੀਆਂ ਪੂਰੀਆਂ ਹੋ ਜਾਂਦੀਆਂ। ਉਹਦਾ ਉਹ ਸੋਹਣਾ ਮਕਾਨ ਵੀ ਪ੍ਰਾਪਤ ਕਰ ਸਕਦਾ, ਬਣਾ ਸਕਦਾ, ਸੋਹਣਾ ਲੰਗਰ ਪਾਣੀ ਵੀ ਛਕ ਸਕਦਾ, ਆਪਣੇ ਬਾਲ ਬੱਚਿਆਂ ਦੀ ਪਾਲਣਾ ਵੀ ਕਰ ਸਕਦਾ, ਔਰ ਉਹ ਸੋਹਣੇ ਕੱਪੜੇ ਵੀ ਪਹਿਨ ਸਕਦਾ। ਗੁਰੂ ਮਹਾਰਾਜ ਨੇ ਸਾਨੂੰ ਕੋਈ ਮੰਗ 'ਤੇ ਨਹੀਂ ਬਣਾਉਣਾ ਕੀਤਾ। ਔਰ ਜਿਹੜਾ ਮਨੁੱਖ ਕਿਰਤ ਨਹੀਂ ਕਰਦਾ ਫਿਰ ਉਹਨੂੰ ਆਪਣੇ ਸਰੀਰਾਂ ਦੀ ਲੋੜਾਂ ਦੀ ਪੂਰਤੀ ਵਾਸਤੇ ਦੋ ਕਰਮ ਕਰਨੇ ਪੈਂਦੇ ਆ। ਜਾਂ ਤਾਂ ਉਹ ਚੋਰੀ ਕਰੇਗਾ, ਕਿਉਂਕਿ ਆਪਾਂ ਦੇਖਦੇ ਹਾਂ ਸਰੀਰ ਦੀਆਂ ਲੋੜਾਂ ਉਸਨੇ ਵੀ ਪੂਰੀਆਂ ਕਰਨੀਆਂ, ਚੋਰ ਵੀ ਪੂਰੀਆਂ ਕਰਦਾ। ਪਰ ਗੁਰਮਤਿ ਵਿੱਚ ਇਹਨਾਂ ਕਰਮਾਂ ਨੂੰ ਨਿਸ਼ਚਿਤ ਗਿਣਨਾ ਕੀਤਾ ਔਰ ਫਰਮਾਨ ਕੀਤਾ, ਚੋਰ ਸਵਾਲਿਓ ਚੋਰ ਸਿਆਣਾ, ਖੋਟੇ ਕਾ ਮੁੱਲ ਏਕ ਦੁਗਾਣਾ। ਜਿਹੜਾ ਚੋਰ ਹੈ
ਭਾਵੇਂ ਜਿੰਨਾ ਮਰਜ਼ੀ ਸਿਆਣਾ ਹੋਵੇ, ਚਤਰ ਹੋਵੇ, ਪਰ ਉਹਦਾ ਮੁੱਲ ਸੰਸਾਰ ਵਿੱਚ ਅਤੇ ਪ੍ਰਲੋਕ ਵਿੱਚ ਦੋ ਕੌਡੀਆਂ ਮੁੱਲ ਵੀ ਪੈਂਦਾ ਨਹੀਂ। ਨਾ ਉਹਦੀ ਗੁਰਪੀਰ ਹਾਮਾ ਭਰਦਾ, ਨਾ ਚੋਰ ਦੀ ਹਾਮਾ ਇਸ ਸੰਸਾਰ ਦੇ ਵਿੱਚ ਕੋਈ ਭਰਦਾ, ਉਹ ਜਾਮ ਨਹੀਂ ਦਿੰਦਾ। ਸਾਹਿਬਾਂ ਦਾ ਵਚਨ ਹੈ ਕਿ ਚੋਰ ਕੀ ਹਾਮਾ ਭਰਿਆ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਇਸ ਕਰਕੇ ਗੁਰੂ ਮਹਾਰਾਜ ਕਹਿੰਦੇ ਇਹ ਕਰਮ ਨਹੀਂ ਕਰਨਾ। ਜੇ ਮਨੁੱਖ ਚੋਰੀ ਨਹੀਂ ਕਰੇਗਾ, ਫਿਰ ਆਪਣੇ ਸਰੀਰਾਂ ਦੀ ਲੋੜ ਦੀ ਲੋੜਾਂ ਦੀ ਪੂਰਤੀ ਵਾਸਤੇ ਕਿਸੇ ਅੱਗੇ ਹੱਥ ਅੱਡੇਗਾ, ਭਾਵ ਮੰਗੇਗਾ, ਔਰ ਮੰਗਣ ਵਾਲੇ ਨੂੰ ਗੁਰਦੇਵ ਸੱਚੇ ਪਾਤਸ਼ਾਹ ਜੀ ਨੇ ਬਾਣੀ ਅੰਦਰ ਫਰਮਾਨ ਕੀਤਾ ਕਿ ਲੋਕ ਲਾਹਣਤਾਂ ਪਾਉਂਦੇ ਆ ਔਰ ਉਸ ਨੂੰ ਵੱਧ ਘੱਟ ਬੋਲਦੇ ਆ। ਮੰਗਣ ਵਾਲੇ ਮਨੁੱਖ ਨੂੰ ਕਦੀ ਵੀ ਸੰਸਾਰ ਵਿੱਚ ਮਾਣ ਪ੍ਰਾਪਤ ਨਹੀਂ ਹੁੰਦਾ, ਸਤਿਕਾਰ ਕਦੀ ਨਹੀਂ ਮਿਲਦਾ। ਸਾਹਿਬਾਂ ਦਾ ਵਚਨ ਹੈ ਗੁਰੂ ਕੀ ਬਾਣੀ ਅੰਦਰ, ਔਰ ਲੋਕ ਧਿਕਾਰ ਕਹੇ ਜਨ ਮੰਗਤ, ਮੰਗਤ ਮਾਣ ਨਾ ਪਾਇਆ। ਲੋਕ ਧਿਕਾਰ ਕਹੇ ਜਨ ਮੰਗਤ, ਮੰਗਤ ਮਾਣ ਨਾ ਪਾਇਆ। ਮੰਗਣ ਵਾਲੇ ਨੂੰ ਸੰਸਾਰ ਵਿੱਚ ਕਦੀ ਵੀ ਮਾਣ ਸਤਿਕਾਰ ਨਹੀਂ ਮਿਲਦਾ। ਸਦੋਂ ਗੁਰੂ ਕੀ ਬਾਣੀ ਵਿੱਚ ਬਾਬਾ ਫਰੀਦ ਜੀ ਦਾ ਫਰਮਾਨ ਜਦੋਂ ਆਪਾਂ ਪੜ੍ਹਦੇ ਹਾਂ, ਬਾਬਾ ਫਰੀਦ ਜੀ ਫਰਮਾਨ ਕਰਦੇ ਆ ਕਿ ਐ ਅੱਲਾਹ ਤਾਲਾ, ਹੇ ਖੁਦਾਬੰਦ ਕਰੀਮ, ਮੈਨੂੰ ਆਪਣੇ ਸਰੀਰ ਦੀਆਂ ਲੋੜਾਂ ਵਾਸਤੇ, ਆਪਣੀ ਕਿਰਤ ਵਾਸਤੇ ਮੈਨੂੰ ਵੱਲ ਉੱਦਮ ਪ੍ਰਦਾਨ ਕਰ। ਮੈਨੂੰ ਆਪਣੇ ਸਰੀਰ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਵਾਸਤੇ ਕਿਸੇ ਅੱਗੇ ਹੱਥ ਨਾ ਕਰਨਾ ਪਵੇ। ਜਦੋਂ ਮੇਰੇ ਉੱਤੇ ਇਹ ਸਮਾਂ ਆ ਜਾਵੇ, ਮੈਨੂੰ ਉਹਦੇ ਨਾਲੋਂ ਮੌਤ ਚੰਗੀ ਆ, ਔਰ ਮੈਂ ਕਿਸੇ ਦੇ ਦਰ ਉੱਤੇ ਜਾ ਕੇ ਕਿਸੇ ਅੱਗੇ ਹੱਥ ਨਾ ਅੱਡਾਂ। ਆਪਾਂ ਪੜ੍ਹਦੇ ਹਾਂ ਫਰੀਦਾ, ਬਾਰ ਪਰਾਇਆ ਬੈਸਣਾ, ਸਾਈਂ ਮੁਝੇ ਨਾ ਦੇ, ਜੇ ਤੂੰ ਏਵੈ ਰੱਖ ਸੀ ਜੀਓ ਸਰੀਰੋਂ ਲਹਿ। ਤਾਂ ਤੇ ਜਿਸ ਕਰਮ ਤੋਂ ਅੱਜ ਆਪਾਂ ਨੌਜਵਾਨ ਸਾਰੇ ਜਿਹੜੇ ਆ ਇਹ ਕਿਰਤ ਕਰਨ ਤੋਂ ਕੰਨੀ ਕਤਰਾਉਂਦੇ ਹਾਂ, ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਨਿਰਾ ਕਿਹਾ ਨਹੀਂ। ਜੋ ਵੀ ਸੰਸਾਰ ਨੂੰ ਉਪਦੇਸ਼ ਦਿੱਤਾ, ਪਹਿਲਾਂ ਉਹਦੇ ਉੱਤੇ ਆਪ ਪਹਿਰਾ ਦਿੱਤਾ, ਆਪ ਉਹਦੀ ਕਮਾਈ ਕਰਨਾ ਕੀਤੀ ਆ। ਆਪਾਂ ਗੁਰੂ ਨਾਨਕ ਪਾਤਸ਼ਾਹ ਦਾ ਜੀਵਨ ਵਾਚਦੇ ਹਾਂ, ਜਦੋਂ ਛੋਟੀ ਬਰੇਸ ਸੀ ਤਦੋਂ ਗੁਰੂ ਮਹਾਰਾਜ ਜੀ ਨੇ ਮੱਝਾਂ ਚਾਰਨ ਦਾ ਕਰਮ ਕੀਤਾ, ਕਿੱਤਾ ਕੀਤਾ, ਕਿਰਤ ਕੀਤੀ। ਜਦੋਂ ਵੱਡੇ ਹੋਏ ਆ, ਭਾਈਆ ਜੈ ਰਾਮ ਜੀ ਦੇ ਨਾਲ ਸੁਲਤਾਨਪੁਰ ਸਾਹਿਬ ਗਏ ਆ ਔਰ ਉੱਥੇ ਜਾ ਕੇ ਮੋਦੀਖਾਨੇ ਦੀ ਨੌਕਰੀ ਕੀਤੀ ਆ, ਔਰ ਮੋਦੀਖਾਨੇ ਦੀ ਨੌਕਰੀ ਕਰਦਿਆਂ ਹੋਇਆਂ, ਕਿਰਤ ਕਰਦਿਆਂ ਹੋਇਆਂ, ਪਰਮਾਤਮਾ ਦੀ ਕੀਰਤੀ ਕਰਕੇ ਕਰਤਾਰ ਦੇ ਨਾਲ ਜੁੜਨ ਦਾ ਸਾਨੂੰ ਢੰਗ ਤਰੀਕਾ ਦੱਸਣਾ ਕੀਤਾ। ਇੱਥੇ ਵੱਸ ਨਹੀਂ, ਫਿਰ ਜਦੋਂ ਚਾਰ ਉਦਾਸੀਆਂ ਕੀਤੀਆਂ, ਮੁੜ ਕੇ ਕਰਤਾਰਪੁਰ ਸਾਹਿਬ ਜਿਹਦਾ ਲਾਂਘਾ 8-9 ਤਰੀਕ ਨੂੰ ਖੁੱਲ੍ਹ ਰਿਹਾ, ਉੱਥੇ ਸਤਿਗੁਰਾਂ ਨੇ 18 ਸਾਲ ਬੈਠ ਕਰਕੇ ਕਿਰਤ ਕੀਤੀ। ਔਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਣਾ ਕੀਤਾ, ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਪਹਿਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਪਾਸਾਰਾ। ਉਸ ਵੇਲੇ ਫਿਰ ਨਿਯਮ ਕੀ ਬੰਨਣਾ ਕੀਤਾ, ਸੋਦਰ ਆਰਤੀ ਗਾਵੀਆ, ਅੰਮ੍ਰਿਤ ਵੇਲੇ ਜਾਪ ਉਚਾਰਾ। ਦੋਨੇ ਕੰਮ ਬਰਾਬਰ ਕੀਤੇ ਆ। ਸਾਰਾ ਦਿਨ ਕਿਰਤ ਕਰਦੇ ਸਨ ਗੁਰੂ ਨਾਨਕ ਪਾਤਸ਼ਾਹ, ਨਾਲ ਬਾਬਾ ਲਹਿਣਾ ਜੀ ਸਨ, ਔਰ ਸਾਰੇ ਗੁਰੂ ਕੇ ਸਿੱਖ ਜਿੰਨੇ ਵੀ ਧਰਮਸ਼ਾਲਾ ਵਿੱਚ ਇਕੱਤਰ ਹੁੰਦੇ ਸਨ, ਅੰਮ੍ਰਿਤ ਵੇਲੇ ਉੱਠ ਕਰਕੇ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਸਨ। ਉਸ ਤੋਂ ਬਾਅਦ ਲੰਗਰ ਛੱਕ ਕੇ ਖੇਤਾਂ ਵਿੱਚ ਧਾਨ ਲਾਉਂਦੇ ਸਨ, ਨਦੀਨ ਕੱਢਦੇ ਸਨ, ਹਲ ਵਾਹੁੰਦੇ ਸਨ, ਕਣਕਾਂ ਬੀਜਦੇ ਸਨ ਔਰ ਕਿਰਤ ਕਰਦੇ ਸਨ। ਸ਼ਾਮ ਦੇ ਸਮੇਂ ਆ ਕੇ ਮੁੜ ਕੇ ਦੁਬਾਰਾ ਇਸ਼ਨਾਨ ਕਰਕੇ ਸੋਦਰ ਆਰਤੀ ਗਾਵੀ ਹੈ, ਸੋਦਰ ਦਾ ਪਾਠ ਕੀਤਾ ਜਾਂਦਾ ਸੀ, ਆਰਤੀ ਦਾ ਕੀਰਤਨ ਹੁੰਦਾ ਸੀ, ਗੁਰੂ ਮਹਾਰਾਜ ਵਚਨ ਬਲਾਸ ਕਰਦੇ ਸਨ। ਇਹ ਨਿਯਮ ਕਰਤਾਰਪੁਰ ਸਾਹਿਬ ਧਰਮਸ਼ਾਲਾ ਬੰਨ੍ਹ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਲਾਗੂ ਕੀਤਾ, ਔਰ ਯੋਗੀਆਂ ਕੋਲ ਗਏ, ਯੋਗੀਆਂ ਨੂੰ ਲਾਹਣਤ ਪਾਉਣਾ ਕੀਤੀ ਹੈ, ਤੁਸੀਂ ਸੰਸਾਰ ਛੱਡ ਕਰਕੇ
ਪਹਾੜਾਂ ਉੱਤੇ ਜਾ ਕੇ ਸੁਮੇਰ ਪਰਬਤ ਉੱਤੇ ਜਾ ਕੇ ਬਹਿ ਗਏ ਹੋ, ਪਰ ਆਪਣੇ ਸਰੀਰ ਦੀਆਂ ਲੋੜਾਂ ਦੀ ਪੂਰਤੀ ਵਾਸਤੇ ਤੁਸੀਂ ਗ੍ਰਸਤੀਆਂ ਦੇ ਮੰਗਤੇ ਬਣਦੇ ਹੋ, ਇਹ ਕਿੱਧਰ ਦੀ ਸਿਆਣਪ ਹੋ? ਸਾਹਿਬਾਂ ਨੇ ਬਚਨ ਕੀਤਾ, ਹੋਏ ਅਤੀਤ ਗ੍ਰਸਤ ਤਜ, ਫਿਰ ਉਹਨੂੰ ਕਿ ਘਰ ਮੰਗਣ ਜਾਈ। ਇਹ ਕਿੱਥੋਂ ਦੀ ਸਿਆਣਪ ਹੈ ਜਿਨ੍ਹਾਂ ਨੂੰ ਤੁਸੀਂ ਮਾੜਾ ਕਹਿੰਦੇ ਹੋ ਕਿ ਗ੍ਰਸਤ ਤੋਂ ਗ੍ਰਸਤੀ ਕਦੀ ਮੁਕਤ ਨਹੀਂ ਹੋ ਸਕਦਾ, ਪਰ ਆਪਣੇ ਪੇਟ ਦੀ ਪੂਰਤੀ ਵਾਸਤੇ ਗ੍ਰਸਤੀਆਂ ਦੇ ਮੰਗਤੇ ਬਣਦੇ ਹੋ। ਹੋਏ ਅਤੀਤ ਗ੍ਰਸਤ ਤਜ, ਫਿਰ ਉਹਨੂੰ ਕਿ ਘਰ ਮੰਗਣ ਜਾਈ। ਇਹਦੇ ਨਾਲੋਂ ਚੰਗਾ ਇਹ ਨਹੀਂ ਕਿ ਗ੍ਰਸਤ ਪਰ ਰਹਿੰਦਿਆਂ ਹੋਇਆਂ ਪਰਮਾਤ ਕਿਰਤ ਕਰੋ, ਆਪਣੇ ਸਰੀਰ ਦੀਆਂ ਲੋੜਾਂ ਪੂਰੀਆਂ ਕਰੋ, ਔਰ ਹੱਥੋਂ ਦੇ ਕੇ ਭਲਾ ਨਾ ਬਣਾਵੈ ਦੀ ਕਾਰ ਕਰੋ, ਫਿਰ ਤੁਹਾਡਾ ਲੋਕ ਵੀ ਸੁਖੀ ਪਰਲੋਕ ਵੀ ਸੁਹੇਲਾ ਹੋਵੇਗਾ। ਤਾਂ ਤਾਂ ਅੱਜ ਆਪਾਂ ਦੇਖਦੇ ਹਾਂ ਸਾਡੇ ਨੌਜਵਾਨ ਜਿਹੜੇ ਵੀਰ ਹੈ ਵਿਦੇਸ਼ ਵਿੱਚ ਜਾ ਕੇ ਕਲੀਨ ਅਪ ਦਾ ਕਿਰਤ ਕਰਨਗੇ ਔਰ ਝਾੜੂ ਫੇਰਨਗੇ ਔਰ ਵੱਡੇ ਵੱਡੇ ਵੇਅਰਹਾਊਸਾਂ ਵਿੱਚ ਜਾ ਕਰਕੇ ਉੱਥੇ ਪੋਚਾ ਦੇਣਗੇ, ਲੈਟਰਿਨ ਸਾਫ ਕਰਨਗੇ। ਪਰ ਅੱਜ ਘਰ ਵਿੱਚ ਇਹ ਕਿਰਤ ਕਰਨ ਵਾਸਤੇ ਕੋਈ ਕਹੇ, ਆਪਣੇ ਘਰ ਨੂੰ ਸਾਫ ਕਰਨ ਵਾਸਤੇ ਆਪਾਂ ਨੌਕਰ ਰੱਖਦੇ ਹਾਂ, ਕਿਰਤ ਕਰਨ ਤੋਂ ਕੰਨੀ ਕਤਰਾਉਂਦੇ ਹਾਂ, ਜੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਆਪਾਂ ਪਿੱਠ ਦੇ ਰਹੇ ਹਾਂ। ਦੂਜਾ ਗੁਰੂ ਮਹਾਰਾਜ ਜੀ ਨੇ ਕਿਹਾ, ਕਿਰਤ ਕਰੋ ਵੰਡ ਕੇ ਛਕੋ, ਜੋ ਪਰਮਾਤਮਾ ਤੁਹਾਨੂੰ ਦਸਾਂ ਨਵਾਂ ਦੁਆਲਾ ਕਿਰਤ ਦੁਆਰਾ ਮਾਇਆ ਪ੍ਰਦਾਨ ਕਰਦਾ, ਉਹਦੇ ਨਾਲ ਕਿਸੇ ਗਰੀਬ ਲੋੜਵੰਦ ਦੀ ਲੋੜ ਪੂਰੀ ਕਰੋ, ਕਿਉਂਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ। ਪਰ ਅੱਜ ਜਿਹੜਾ ਕੰਮ ਉਲਟ ਹੋ ਗਿਆ, ਅੱਜ ਅਮੀਰ ਦਾ ਮੂੰਹ ਗੁਰੂ ਦੀ ਗੋਲਕ ਬਣ ਗਿਆ। ਅੱਜ ਆਪਾਂ ਰਜਿਆਂ ਨੂੰ ਰਜਾਉਣ ਦੀ ਪ੍ਰਪਾਟੀ ਉੱਤੇ ਚੱਲ ਪਏ ਹਾਂ, ਪਰ ਗਰੀਬ ਲਾਗੇ ਤੜਫਦਾ ਹੋਵੇ ਉਹਨੂੰ ਆਪਾਂ ਅੰਨ ਨਹੀਂ ਦਿੰਦੇ। ਹੁਣ ਜਿਵੇਂ ਸਾਡੇ ਵੀ ਸੁਲਤਾਨਪੁਰ ਸਾਹਿਬ ਲੱਗਣਾ ਲੰਗਰ ਲੱਗਣੇ ਹੈ ਪੇਟ ਦੀ ਪੂਰਤੀ ਵਾਸਤੇ, ਠੀਕ ਹੈ ਦਾਲ ਫੁਲਕਾ ਪ੍ਰਸ਼ਾਦਾ ਚਾਹੀਦਾ, ਪਰ 550 ਪ੍ਰਕਾਰ ਦੇ ਭੋਜਨ ਜਿਹਦੇ ਵਿੱਚ ਬਰਗਰ, ਪੀਜ਼ੇ, ਨੂਡਲਸ ਅਤੇ ਅਨੇਕਾਂ ਪ੍ਰਕਾਰ ਦੇ ਜਿਹੜੇ ਆ ਲੰਗਰ ਲਾਏ ਜਾਣੇ ਆ, ਧੰਨਤਾ ਦੇ ਯੋਗ ਲੰਗਰ ਆ। ਪਰ ਜੇ ਕਿਤੇ ਉਹੀ ਪੈਸਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਹ ਸਿੱਖਿਆ ਹੈ ਉਸ ਦੇ ਉੱਤੇ ਲਾਇਆ ਜਾਵੇ ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਗੁਰੂ ਕੀ ਬਾਣੀ ਵਿੱਚ ਉਪਦੇਸ਼ ਦਿੱਤਾ, ਉਸ ਨੂੰ ਘਰ ਘਰ ਪਹੁੰਚਾਉਣ ਵਾਸਤੇ ਯਤਨ ਕੀਤਾ ਜਾਵੇ, ਪਰ ਇਸ ਵੱਲ ਸਾਡਾ ਧਿਆਨ ਕੋਈ ਨਹੀਂ ਗਾ। ਕੇਲਵ ਖਾਣ ਪੀਣ ਅਤੇ ਇਸੇ ਪ੍ਰਕਾਰ ਤਰ੍ਹਾਂ ਤਰ੍ਹਾਂ ਦੇ ਪਕਵਾਨਾਂ ਉੱਤੇ ਸਾਡੀ ਨਜ਼ਰ ਹੁੰਦੀ ਹੈ, ਔਰ ਆਪਾਂ ਦੇਖਦੇ ਹਾਂ ਕਿੱਡੇ ਵੱਡੇ ਨਗਰ ਕੀਰਤਨ ਇੰਟਰਨੈਸ਼ਨਲ ਨਿਕਲਿਆ, ਅਰਬਾਂ ਖਰਬਾਂ ਰੁਪਏ ਆਪਾਂ ਇਕੱਠੇ ਕੀਤੇ, ਆਪ ਸੰਗਤਾਂ ਨੇ ਸ਼ਰਧਾ ਯੋਗ ਮੱਥਾ ਟੇਕਿਆ, ਪਰ ਸਾਰੇ ਸੰਸਾਰ ਵਿੱਚ, ਸਾਰੇ ਹਿੰਦੁਸਤਾਨ ਵਿੱਚ ਕੋਈ ਗੁਰੂ ਨਾਨਕ ਪਾਤਸ਼ਾਹ ਜੀ ਦਾ ਇੱਕ ਚਵਰਕਾ ਚੌਂ ਪੰਨਿਆਂ ਦਾ ਕੋਈ ਪੰਪਟਲ ਲਿਖ ਕੇ ਅੰਗਰੇਜ਼ੀ, ਹਿੰਦੀ, ਪੰਜਾਬੀ ਵਿੱਚ, ਜੇ ਆਪਾਂ ਥਾਂ ਥਾਂ ਗੁਰੂ ਦਾ ਉਪਦੇਸ਼ ਛੱਡਿਆ ਹੁੰਦਾ, ਲੋਕ ਉਹਨੂੰ ਪ੍ਰਸ਼ਾਦ ਦੇ ਤੌਰ 'ਤੇ ਲੈ ਕੇ ਆਪਣੇ ਘਰਾਂ ਵਿੱਚ ਸਾਂਭ ਕੇ ਗੁਰੂ ਦਾ ਉਪਦੇਸ਼ ਸਮਝ ਕੇ ਉਸ ਦੇ ਉੱਤੇ ਚੱਲਣ ਦਾ ਯਤਨ ਕਰਦੇ, ਕਿ ਗੁਰੂ ਮਹਾਰਾਜ ਜੀ ਨੇ ਕਿਵੇਂ ਜਾਤ ਪਾਤ ਦਾ ਕੋਡ ਕੱਢਿਆ, ਕਿਵੇਂ ਕਿਰਤ ਕਰਨ ਦੀ ਮਹਾਨਤਾ ਦਰਸਾਈ ਹੈ, ਔਰ ਵੰਡ ਕੇ ਛਕਣ ਦਾ ਉਪਦੇਸ਼ ਦਿੱਤਾ, ਸਰਬਾਦਾ ਭਲਾ ਮੰਗਣ ਵਾਸਤੇ ਅਤੇ ਕਰਨ ਵਾਸਤੇ ਉਪਦੇਸ਼ ਪ੍ਰਦਾਨ ਕੀਤਾ, ਨਾਮ ਜਪਣ ਦੀ ਤਗੀਦ ਕੀਤੀ ਆ, ਭਾਈ ਕੋਈ ਉਪਰਾਲਾ ਨਹੀਂ ਕੀਤਾ ਗਿਆ, ਕੇਵਲ ਆਪਾਂ ਨੇ ਲੰਗਰ ਛਕਾ ਦਿੱਤਾ, ਆਪਾਂ ਮੱਥਾ ਟੇਕ ਦਿੱਤਾ, ਉਹਨਾਂ ਨੇ ਮਾਇਆ ਕਤਰ ਕਰ ਲਈ ਆ, ਪਰ ਗੁਰੂ ਦਾ ਉਪਦੇਸ਼ ਪਿੱਛੇ ਛੱਡ ਕੇ ਕੋਈ ਨਹੀਂ ਗਿਆ। ਇਸ ਵੱਲੋਂ ਆਪਾਂ ਉਵੇਸਲੇ ਹਾਂ, ਆਪਾਂ ਨੂੰ ਜ਼ਰੂਰ ਸ਼ਬਦ ਦਾ ਲੰਗਰ ਲਾਉਣ ਵਾਸਤੇ ਯਤਨਸ਼ੀਲ ਹੋਣਾ ਚਾਹੀਦਾ। ਦੂਸਰਾ ਉਪਦੇਸ਼ ਸਤਿਗੁਰਾਂ ਨੇ ਦਿੱਤਾ ਕਿ ਵੰਡ ਕੇ ਛਕੋ। ਜਦੋਂ ਆਪਾਂ ਦੇਖਦੇ ਹਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਨਿਹਰਾ ਕਿਹਾ ਨਹੀਂ, ਗੁਰੂ ਨਾਨਕ ਪਾਤਸ਼ਾਹ ਜੀ ਨੇ 18 ਸਾਲ ਖੇਤੀ ਕੀਤੀ ਹੈ, ਜੋ ਝੋਨਾ, ਜੋ ਇਸੇ ਪ੍ਰਕਾਰ ਕਣਕ ਆਉਂਦੀ ਸੀ ਉਹਦਾ ਲੰਗਰ ਲੱਗਦਾ ਸੀ, ਔਰ ਸਾਰਾ ਕਰਤਾਰਪੁਰ ਅਤੇ ਬਾਹਰੋਂ ਆਈ ਹੋਈ ਸੰਗਤ ਉਸ ਕੀਤੀ ਹੋਈ ਕਿਰਤ ਵਿੱਚੋਂ ਸਾਂਝਾ ਲੰਗਰ ਛਕਦੀ ਸੀ, ਔਰ ਚਾਹੇ ਕੋਈ ਗਰੀਬ ਆ ਜਾਂਦਾ ਚੌਂ ਵਰਨਾ ਵਿੱਚੋਂ
ਚਾਹੇ ਕੋਈ ਸ਼ੂਦਰ ਆ ਜਾਵੇ, ਚਾਹੇ ਕੋਈ ਖੱਤਰੀ ਆ ਜਾਵੇ, ਚਾਹੇ ਕੋਈ ਵੈਸ ਆ ਜਾਵੇ, ਚਾਹੇ ਕੋਈ ਬ੍ਰਾਹਮਣ ਆ ਜਾਵੇ, ਇੱਕੋ ਪੰਗਤ ਵਿੱਚ ਬੈਠ ਕਰਕੇ ਇੱਕੋ ਜਿਹਾ ਭੋਜਨ ਸਤਿਗੁਰਾਂ ਦੇ ਦਰਬਾਰ ਵਿੱਚ ਵਰਤਦਾ ਸੀ ਔਰ ਹੁਣ ਵੀ ਵਰਤਦਾ, ਉਸੇ ਪੰਗਤ ਵਿੱਚ ਬੈਠ ਕੇ ਔਰ ਕਿਸੇ ਜਾਤ ਦਾ, ਕਿਸੇ ਨਸਲ ਦਾ, ਕਿਸੇ ਕੌਮ ਦਾ, ਕਿਸੇ ਵਰਨ ਦਾ ਮਨੁੱਖ, ਉਹੋ ਹੀ ਭੋਜਨ ਉਹਨੂੰ ਗੁਰੂ ਰਾਮਦਾਸ ਜੀ ਦੇ ਲੰਗਰ ਵਿੱਚੋਂ ਮਿਲੇਗਾ। ਅੱਜ ਵੀ ਆਪਾਂ ਸਾਰੇ ਲੰਗਰਾਂ ਵਿੱਚ ਦੇਖਦੇ ਹਾਂ ਕਿਸੇ ਦੇ ਨਾਲ ਕੋਈ ਵਿਤਕਰਾ ਨਹੀਂ ਹੁੰਦਾ, ਇਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਦੇਣ ਹੈ। ਔਰ ਪੁਰਾਣੇ ਸਿੱਖਾਂ ਵਿੱਚ ਇਹ ਬਹੁਤ ਵੱਡੀ ਪ੍ਰਪਾਟੀ ਸੀ, ਹੱਥੋਂ ਦੇ ਕੇ ਭਲਾ ਮਨਾਵੇ। ਔਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਤਾਂ ਗੁਰੂ ਕੀ ਬਾਣੀ ਵਿੱਚ ਫਰਮਾਨ ਕੀਤਾ ਕਿ ਘਾ ਲਿਖਾਏ ਕੁਛ ਹੱਥੋਂ ਦੇ, ਨਾਨਕ ਰਾਹੋ ਪਛਾਣੇ ਸੇ। ਅਸਲੀ ਜੀਵਨ ਦਾ ਰਾਹ ਉਸ ਨੂੰ ਸੋਝੀ ਆਉਂਦੀ ਹੈ, ਉਹ ਪਛਾਣਦਾ ਜੋ ਆਪ ਕਿਰਤ ਕਰਦਾ, ਘਾਲ ਕਰਦਾ ਔਰ ਫਿਰ ਹੱਥੋਂ ਦੇ ਕੇ ਆਪਣਾ ਸਮਝਦਾ ਕਿ ਮੇਰਾ ਭਲਾ ਹੋਇਆ। ਔਰ ਇਸੇ ਪ੍ਰਕਾਰ ਭਾਈ ਗੁਰਦਾਸ ਜੀ ਨੇ ਫਰਮਾਨ ਕੀਤਾ, ਘਾ ਲਿਕਾਏ ਸੁਕਿਰਤ ਕਰੇ, ਵੱਡਾ ਹੋਏ ਨਾ ਆਪ ਗਣਾਵੇ। ਔਰ ਦੇ ਕੇ ਮਨ ਵਿੱਚ ਮਾਣ ਨਹੀਂ ਕਰਨਾ, ਹੰਕਾਰ ਨਹੀਂ ਕਰਨਾ ਕਿ ਮੈਂ ਦਾਨ ਦਿੱਤਾ, ਨਹੀਂ, ਗੁਰੂ ਨੇ ਮੇਰੇ ਪਾਸੋਂ ਮੇਰੀ ਕਿਰਤ ਨੂੰ ਸਫਲ ਕਰਨ ਵਾਸਤੇ ਮੇਰੀ ਕਿਰਤ ਨੂੰ ਮੇਰੇ ਪਾਸੋਂ ਇਹ ਦਾਨ ਕਰਵਾਉਣਾ ਕੀਤਾ। ਔਰ ਫਿਰ ਦਾਨ ਦੇ ਕੇ ਭਲਾ ਮਨਾਉਣਾ ਕਿ ਇਹਦੇ ਵਿੱਚ ਮੇਰਾ ਭਲਾ ਹੋਇਆ। ਤਾਂ ਤਾਂ ਜਦੋਂ ਆਪਣਾ ਪੁਰਾਤਨ ਗੁਰਸਿੱਖਾਂ ਦਾ ਇਤਿਹਾਸ ਪੜ੍ਹਦੇ ਹਾਂ, ਜੰਗਲਾਂ ਵਿੱਚ ਸਿੱਖ ਰਹਿੰਦੇ ਸਨ ਔਰ ਚਾਰ ਚਾਰ ਦੇ ਦਿਨ ਦੇ ਭੁੱਖਿਆਂ ਨੂੰ ਜੇ ਕਿਤੋਂ ਰਾਸ਼ਨ ਪਾਣੀ ਮਿਲ ਜਾਂਦਾ, ਉਹਦਾ ਦਾਲ ਸਬਜ਼ੀ ਬਣਾਉਂਦੇ, ਪ੍ਰਸ਼ਾਦਾ ਬਣਾਉਂਦੇ, ਉੱਚੇ ਥਾਂ ਉੱਤੇ ਰੱਖ ਕਰਕੇ ਕੀ ਕਰਦੇ ਸਨ? ਗਿਆਨੀ ਗਿਆਨ ਸਿੰਘ ਹੋਰਾਂ ਨੇ ਲਿਖਣਾ ਕੀਤਾ ਪੰਥ ਪ੍ਰਕਾਸ਼ ਦੇ ਵਿੱਚ ਕਿ ਉੱਚੇ ਥਾਂ ਉੱਤੇ ਉਹ ਲੰਗਰ ਰੱਖ ਕਰਕੇ ਕੀ ਕਰਦੇ ਸਨ? ਜੇ ਕੋਲ ਨਗਾਰਾ ਹੋਵੇ ਨਗਾਰਾ ਵਜਾਉਂਦੇ ਸਨ, ਨਹੀਂ ਤਾਂ ਉੱਚੀ ਉੱਚੀ ਆਵਾਜ਼ਾਂ ਮਾਰਦੇ ਸਨ ਕਿ ਗੁਰੂ ਕਾ ਲੰਗਰ ਤਿਆਰ ਹੋਇਆ, ਜੋ ਕੋਈ ਅਥਿਤੀ ਲੋੜਵੰਦ ਭੁੱਖਾ ਹੈ ਉਹ ਨਿਰਸੰਸ਼ ਆ ਕੇ ਇਸ ਲੰਗਰ ਵਿੱਚੋਂ ਪ੍ਰਸ਼ਾਦਾ ਛਕ ਸਕਦਾ। ਔਰ ਉਸ ਵੇਲੇ ਨਾਦਰ ਸ਼ਾਹ ਨੇ ਜ਼ਕਰੀਆ ਖਾਨ ਨੂੰ ਪੁੱਛਣਾ ਕੀਤਾ ਸੀ, ਜੇ ਤੂੰ ਇਹ ਦੱਸਦਾ ਹੈ ਕਿ ਚੌਂ ਦਿਨਾਂ ਦੇ ਭੁੱਖਿਆਂ ਨੂੰ ਜਦੋਂ ਲੰਗਰ ਮਿਲ ਜਾਂਦਾ, ਪਕਾਉਂਦੇ ਆ, ਆਵਾਜ਼ਾਂ ਮਾਰਦੇ ਆ, ਉਸ ਵੇਲੇ ਬੈਰੀ ਵੀ ਆ ਜਾਵੇ, ਉਹਨੂੰ ਆਪਣਾ ਪਰਮ ਮਿੱਤਰ ਜਾਣ ਕਰਕੇ ਉਹਦੀ ਸੇਵਾ ਕਰਦੇ ਆ, ਜੇ ਸਾਰਾ ਲੰਗਰ ਲੋਕ ਛੱਕ ਜਾਣ ਫੇਕੀ ਕਰਦੇ ਆ, ਤਾਂ ਉਹ ਵੀ ਉੱਤਰ ਦੇਣਾ ਕੀਤਾ। ਕਹਿਣ ਲੱਗੇ ਜੇ ਵਿਚ ਜਾਵੇ ਤਾਂ ਖਾ ਲੈਂਦੇ ਆ, ਨਹੀਂ ਤਾਂ ਕਹਿ ਦਿੰਦੇ ਲੰਗਰ ਮਸਤ ਹੋ ਗਿਆ। ਬੋਲ ਬੜੇ ਪਿਆਰੇ ਸਨ, ਕਹਿੰਦੇ ਦੇਤ ਆਵਾਜ਼ਾ ਭੁੱਖਾ ਕੋਈ, ਦੇਗ ਤਿਆਰ ਗੁਰੂ ਕੀ ਹੋਈ, ਉਸ ਸਮੇਂ ਬੈਰੀ ਕਿਵੇਂ ਆਵੈ, ਪਰਮ ਮੀਤ ਸਮ ਤੋਹੀ ਛਕਾਵੈ। ਪੁੱਛਿਆ ਜੇ ਸਾਰਾ ਮੁੱਕ ਜਾਵੇ ਫਿਕੀ ਕਰਦੇ ਆ, ਕਹਿੰਦੇ ਬਚੇ ਤੋਂ ਖੁਦ ਖਾ ਲੈ ਹੈ, ਨਹੀਂ ਤੋ ਲੰਗਰ ਮਸਤ ਬਤੈ ਹੈ। ਤਾਂ ਤਾਂ ਇਹ ਸੀ ਸਾਡੇ ਪੁਰਖਿਆਂ ਦਾ, ਵਡਕਿਆਂ ਦਾ ਕਿਰਦਾਰ, ਜੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਰਦਿੱਤੇ ਹੋਏ ਅਰਦਾਸ਼ ਉੱਤੇ ਚੱਲਦੇ ਸਨ। ਤੀਸਰਾ, ਗੁਰੂ ਨਾਨਕ ਪਾਤਸ਼ਾਹ ਜੀ ਨੇ ਹੁਕਮ ਕੀਤਾ ਜਿੱਥੇ ਕਿਰਤ ਕਰਨੀ ਹੈ ਉੱਥੇ ਵੰਡ ਕੇ ਛਕਣਾ, ਤੀਸਰਾ ਕਰਮ ਕਰਨਾ ਪਰਮਾਤਮਾ ਦਾ ਨਾਮ ਜਪਣਾ। ਔਰ ਨਾਮ ਕਿਉਂ ਜਪਣਾ? ਕਿਉਂਕਿ ਕੁਦਰਤ ਦਾ ਇੱਕ ਨੇਮ ਹੈ, ਉਹ ਨੇਮ ਗੁਰੂ ਕੀ ਬਾਣੀ ਵਿੱਚ ਸਤਿਗੁਰਾਂ ਨੇ ਦਰਸਾਉਣਾ ਕੀਤਾ। ਉਹ ਨੇਮ ਕੀ ਹੈ ਕਿ ਜਿਹਦੀ ਕੋਈ ਅਰਾਧਨਾ ਕਰਦਾ ਸਮਾਂ ਪਾ ਕੇ ਉਹਦਾ ਹੀ ਰੂਪ ਬਣ ਜਾਂਦਾ। ਸਾਹਿਬਾਂ ਦੀਆਂ ਪੰਕਤੀਆਂ ਹੈ, ਭੈ ਰਚ ਰਚੇ ਸੋ ਨਿਰਭਉ ਹੋਵੇ, ਜੈਸਾ ਸੇਵੇ ਤੈਸਾ ਹੋਵੇ। ਔਰ ਜਿਹਦੀ ਪ੍ਰੋੜਤਾ ਬਾਬਾ ਨਾਮਦੇਵ ਜੀ ਨੇ ਵੀ ਕਰਨਾ ਕੀਤੀ ਹੈ, ਕਹਿੰਦੇ ਇਸੇ ਪ੍ਰਕਾਰ ਭੈਰੋਂ ਭੂਤ ਸੀਤਲਾ ਧਾਵੈ, ਖਰ ਬਾਹਾਂ ਉਹ ਛਾਰ ਉਡਾਵੈ, ਹੋਂ ਤੋਂ ਏਕ ਰਮਈਆ ਲੈ ਹੋਂ, ਆਨ ਦੇਵ ਬਦਲੈਵਲ ਦੈ ਹੋਂ, ਮਹਾਮਾਈ ਕੀ ਪੂਜਾ ਕਰੈ, ਨਰਸਾ ਨਾਰ ਹੋਏ ਅਵਤਰੈ। ਔਰ ਕਹਿੰਦੇ ਜੇ ਕੋਈ ਮਹਾਮਾਈ ਦੀ ਪੂਜਾ ਕਰਦਾ ਉਹਨੂੰ ਕੀ ਮਿਲ ਜਾਂਦਾ, ਔਰ ਪੁਰਖ ਤੋਂ ਉਹਨੂੰ ਇਸਤਰੀ ਦਾ ਜਾਮਾ ਮਿਲ ਜਾਂਦਾ, ਜਿਹੜਾ ਭੈਰੋਂ ਦੀ ਪੂਜਾ ਕਰਦਾ ਫਿਰ ਉਹਨੂੰ ਕੀ ਮਿਲਦਾ। ਕਹਿੰਦੇ ਇਸੇ ਪ੍ਰਕਾਰ ਜੋ ਸੀਤਲਾ ਦੀ ਸਵਾਰੀ ਸੀਤਲਾ ਦੀ ਪੂਜਾ ਕਰਦਾ
ਫਿਰ ਉਹਨੂੰ ਕੀ ਮਿਲਦਾ? ਕੁੱਤੇ ਦੀ ਸਵਾਰੀ ਮਿਲ ਜਾਂਦੀ ਹੈ। ਭੈਰੋਂ ਭੂਤ ਸੀਤਲਾ ਧਾਵੈ ਖਰ ਵਾਹਨ, ਖੋਤੇ ਦੀ ਸਵਾਰੀ ਉਹਨੂੰ ਮਿਲ ਜਾਂਦੀ ਆ ਜੋ ਭੈਰੋਂ ਦੀ ਪੂਜਾ ਕਰਦਾ, ਜੋ ਸੀਤਲਾ ਦੀ ਪੂਜਾ ਕਰਦਾ ਉਹਨੂੰ ਕੁੱਤੇ ਦੀ ਸਵਾਰੀ ਮਿਲ ਜਾਂਦੀ ਆ। ਅਤੇ ਬਾਬਾ ਨਾਮ ਜੀ ਕਹਿੰਦੇ ਹੋਂ ਤੋ ਏਕ ਰਮਈਆ ਲੈ ਹੋਂ, ਕਹਿੰਦੇ ਬਾਕੀ 33 ਕਰੋੜ ਦੇਵਤਾ ਉਹਨੂੰ ਕੀ ਕਰੋਗੇ? ਕਹਿੰਦੇ ਆਨ ਦੇਵ ਬਦਲੈਵਲ ਦੈ ਹੋਂ, ਇੱਕ ਦੇ ਬਦਲੇ ਵਿੱਚ ਮੈਂ ਸਾਰੇ ਦੇਵਤਿਆਂ ਨੂੰ ਕੁਰਬਾਨ ਕਰ ਦਿੰਦਾ, ਪਰੇ ਸਿੱਟ ਦਿੰਦਾ, ਮੈਂ ਤਾਂ ਇੱਕ ਤੋਂ ਵਿਛੜਿਆ, ਇੱਕ ਨਾਲ ਜੁੜਨਾ ਮੇਰੇ ਜੀਵਨ ਦਾ ਮੰਤਵ ਹੈ। ਆਪਾਂ ਵੀ ਦੇਖਦੇ ਹਾਂ, ਆਪਾਂ ਸਰੀਰ ਨਹੀਂ, ਗੁਰੂ ਮਹਾਰਾਜ ਜੀ ਨੇ ਬਾਣੀ ਅੰਦਰ ਫਰਮਾਨ ਕੀਤਾ ਆਪਾਂ ਕੌਣ ਹੈ। ਸਤਿਗੁਰੂ ਕਹਿੰਦੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਣ। ਬਾਬਾ ਕਬੀਰ ਜੀ ਨੂੰ ਪੁੱਛਣਾ ਕੀਤਾ, ਬਾਬਾ ਜੀ ਆਪਾਂ ਕੌਣ ਹੈ? ਆਪਾਂ ਸਰੀਰ ਤੇ ਕੋਈ ਨਹੀਂ, ਸਰੀਰ ਕੋ ਸਮੇਂ ਵਾਸਤੇ ਸਾਨੂੰ ਆਤਮਾ ਨੂੰ ਰਹਿਣ ਵਾਸਤੇ ਪਰਮਾਤਮਾ ਨੇ ਇੱਕ ਘਰ ਦਿੱਤਾ, ਇੱਕ ਵਸੇਵਾ ਦਿੱਤਾ, ਇੱਕ ਸਾਧਨ ਦਿੱਤਾ, ਔਰ ਇਸ ਸਾਧਨ ਦੇ ਨਾਲ ਇਸ ਘਰ ਵਿੱਚ ਰਹਿ ਕੇ ਆਪਾਂ ਆਪਣੇ ਮੂਲ ਦੇ ਨਾਲ ਜੁੜਨਾ। ਸਾਡਾ ਮੂਲ ਕੀ ਹੈ? ਜੋਤ ਸਰੂਪ ਪਰਮਾਤਮਾ। ਬਾਬਾ ਕਬੀਰ ਜੀ ਨੇ ਫਰਮਾਨ ਕੀਤਾ, ਕਹੋ ਕਬੀਰ ਇਹ ਰਾਮ ਕੀ ਅੰਸ਼, ਜਸ ਕਾਗਤ ਪਰ ਮਿਟੈ ਨਾ ਅੰਸ਼। ਜਿੰਨਾ ਚਿਰ ਰਾਮ ਦੀ ਅੰਸ਼ ਰਾਮ ਦੇ ਨਾਲ ਜੁੜ ਨਹੀਂ ਜਾਂਦੀ, ਉਨਾ ਚਿਰ ਜੰਮ ਜੰਮ ਮਰਾ ਮਰਾ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੇ ਦਾ, ਜੀਵ ਆਤਮਾ ਧਾਰਨੀ ਬਣਿਆ ਰਹਿੰਦਾ। ਤਾਂ ਤੇ ਥੋੜ੍ਹਾ ਸਮਾਂ ਨਹੀਂ, ਗੁਰੂ ਅਰਜਨ ਦੇਵ ਜੀ ਦਾ ਫਰਮਾਨ ਹੈ, ਫਿਰ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਫਿਰ ਜਾ ਕੇ ਪਰਮਾਤਮਾ ਤਰਸ ਕਰਕੇ ਮਨੁੱਖਾ ਜਨਮ ਦੀ ਦਾਤ ਦੇਵੇਗਾ। ਅਤੇ ਸਤਿਗੁਰੂ ਕਹਿੰਦੇ ਮਿਲ ਜਗਦੀਸ਼, ਕਾਹਦੇ ਵਾਸਤੇ ਦਿੱਤੀ ਪਰਮਾਤਮਾ ਨੇ ਮਨੁੱਖਾ ਜਨਮ ਦੀ ਦਾਤ? ਨਿਰਾ ਛੋਟੇ ਹੋਏ ਜਨਮ ਲਿਆ, ਖਿਡੌਣਿਆਂ ਨਾਲ ਖੇਡੇ, ਵੱਡੇ ਹੋਏ ਆਪਾਂ ਵਿਆਹੇ ਗਏ, ਪਰਿਵਾਰ ਵਿੱਚ ਵਾਧਾ ਕੀਤਾ, ਘਰ ਬਾਰ ਬਣਾਇਆ, ਮਾਇਆ ਇਕੱਤਰ ਕੀਤੀ, ਔਰ ਸੋਹਣੀ ਕੋਠੀ ਬਣਾਈ, ਵੱਡੀਆਂ ਕਾਰਾਂ ਲਈਆਂ, ਇਹ ਸੰਸਾਰ ਤੋਂ ਤੁਰ ਗਏ। ਇਹ ਸਾਡੇ ਜੀਵਨ ਦਾ ਮੰਤਵ ਨਹੀਂ ਹੈ। ਕਿਸ ਵਾ ਸਾਡੇ ਜੀਵਨ ਦਾ ਮੰਤਵ ਕੀ ਹੈ? ਭਾਵੇਂ ਆਪਾਂ ਨੂੰ ਭੁੱਲ ਗਿਆ, ਪਰ ਸਤਿਗੁਰੂ ਯਾਦ ਕਰਾਉਂਦੇ ਆ ਕਿਸ ਵਾਸਤੇ ਮਨੁੱਖਾ ਜਨਮ ਦਿੱਤਾ। ਭਈ ਪ੍ਰਾਪਤ ਮਨੁੱਖ ਦੀ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤਿਰਕਤਾ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਕੇਵਲ ਨਾਮ ਜਪੋ ਰੇ ਪ੍ਰਾਣੀ, ਪਰੋ ਏ ਕੀ ਸਰਣਾ। ਕਿਸ ਵਾਸਤੇ ਦਿੱਤਾ? ਮਿਲ ਜਗਦੀਸ਼ ਮਰਨ ਕੀ ਵਰੀਆ, ਚਿਰੰਕਾਲੇ ਦਿਲ ਸੰਜਰੀਆ। ਬਹੁਤ ਸਮੇਂ ਤੋਂ ਬਾਅਦ ਮਨੁੱਖਾ ਜਨਮ ਦੀ ਦਾਤ ਪ੍ਰਾਪਤ ਹੋਈ ਆ, ਔਰ ਇਹ ਮਨੁੱਖਾ ਜਨਮ ਜਿਹੜਾ ਹੈ ਇਹ ਇੰਨਾ ਅਮੋਲਕ ਹੈ, ਇਸ ਮਨੁੱਖਾ ਜਨਮ ਦੀ ਪ੍ਰਾਪਤੀ ਵਾਸਤੇ ਦੇਵਤੇ ਵੀ ਤਰਸਦੇ ਆ। ਆਪਾਂ ਪੜ੍ਹਦੇ ਹਾਂ, ਇਸ ਦੇਹੀ ਕੋ ਸਿਮਰੇ ਦੇਵ, ਸੋ ਦੇਹੀ ਭੱਜ ਹਰ ਕੀ ਸੇਵ। ਮਸਕੀਨ ਦੀ ਕਥਾ ਕਰਦੇ ਹੋਏ ਇਹ ਅਕਸਰ ਕਿਹਾ ਕਰਦੇ ਸਨ ਕਿ ਮਨੁੱਖਾਂ ਦੇ ਮਨੁੱਖਾ ਜਨਮ ਦੀ ਪ੍ਰਾਪਤੀ ਵਾਸਤੇ ਕਿਉਂ ਤਰਸਦੇ ਦੇਵਤੇ? ਕਿਉਂਕਿ ਦੇਵਤਿਆਂ ਦੇ ਪਾਸ ਕੇਵਲ ਮਨ ਹੈ, ਉਹਨਾਂ ਦੇ ਪਾਸ ਤਨ ਨਹੀਂ। ਤਨ ਦੇ ਵਸੀਲੇ ਦੁਆਰਾ ਹੀ ਉਹ ਆਗਾਂ ਪਰਮਾਤਮਾ ਤੱਕ ਆਪਣੀ ਪਹੁੰਚ ਕਰ ਸਕਦੇ ਆ। ਜਿੱਥੇ ਉਹ ਅਟਕ ਗਏ ਆ ਉਸ ਤੋਂ ਅਗਾਂਹ ਨਹੀਂ ਜਾ ਸਕਦੇ। ਜੇ ਉਹਨਾਂ ਨੇ ਅਗਾਂਹ ਜਾਣਾ ਹੈ, ਉਸ ਨੂੰ ਮਨੁੱਖਾ ਜਨਮ ਦੀ ਇਹ ਸਾਧਨ ਦੀ ਪ੍ਰਾਪਤੀ ਕਰਨੀ ਪਵੇਗੀ। ਪਰ ਸਾਨੂੰ ਆਪਾਂ ਦੇਖਦੇ ਹਾਂ, ਬਿਨਾਂ ਮੁੱਲ ਤੋਂ ਪਰਮਾਤਮਾ ਨੇ ਮਨੁੱਖਾ ਜਨਮ ਦੀ ਦਾਤ ਦਿੱਤੀ ਆ। ਇਸ ਮਨੁੱਖਾ ਜਨਮ ਜੋ ਬੇਸ਼ਕੀਮਤੀ ਆ, ਜਿਹਨੂੰ ਦੇਵਤੇ ਵੀ ਤਰਸਦੇ ਆ, ਨਾ ਇਹਦਾ ਮੁੱਲ ਸਾਡੇ ਮਾਂ ਬਾਪ ਨੇ ਤਾਰਿਆ, ਨਾ ਆਪਾਂ ਇਹਦਾ ਕੋਈ ਮੁੱਲ ਤਾਰਿਆ। ਮੁਕਤ ਵਿੱਚ ਪਰਮਾਤਮਾ ਨੇ ਸਾਨੂੰ ਇੱਕ ਮੌਕਾ ਦਿੱਤਾ ਕਿ ਤੂੰ ਆਪਣੇ ਮੂਲ ਦੇ ਨਾਲੋਂ ਵਿਛੜਿਆ, ਆਪਣੇ ਮੂਲ ਦੇ ਨਾਲ ਜੁੜ ਜਾ। ਨਾ ਜੁੜੇਗਾ ਫਿਰ ਕੀ ਹੋਵੇਗਾ? ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਅਤੇ ਨਾਲ ਸਾਧਨ ਕੀ ਦੱਸਿਆ? ਦਿੱਤਾ ਪਰਮਾਤਮਾ ਦਾ ਨਾਮ, ਕਿਉਂਕਿ ਕਲਯੁਗ ਵਿੱਚ ਆਰਜਾ ਬੜੀ ਥੋੜ੍ਹੀ ਸੀ, ਔਰ ਇਸ ਸਮੇਂ ਵਿੱਚ ਪੁਰਾਣੇ ਸਮੇਂ ਦੇ ਸਾਰੇ ਵੀ ਦੱਸਣਾ ਕੀਤਾ ਗੁਰਬਾਣੀ ਅੰਦਰ
ਔਰ ਬੜੇ ਔਖੇ ਸਾਧਨ ਸਨ। ਕੋਈ ਇਸੇ ਪ੍ਰਕਾਰ ਮੰਤਰਾਂ ਦਾ ਜਾਪ ਕਰਦਾ ਸੀ, ਕੋਈ ਧੂੰਆਂ ਤਾਪਦਾ ਸੀ, ਕੋਈ ਜਲ ਧਾਰਾ ਕਰਦਾ ਸੀ, ਕੋਈ ਜਗ ਕਰਦਾ ਸੀ, ਕੋਈ ਇਸੇ ਪ੍ਰਕਾਰ ਬੜੇ ਲੰਬੇ ਚੌੜੇ ਅਸਮੇਤ ਜਗ ਕਰਦਾ ਸੀ। ਪਰ ਸਤਿਗੁਰੂ ਕਹਿੰਦੇ ਹੁਣ ਉਹ ਕਰਮ ਕਰਨ ਦਾ ਸਮਾਂ ਨਹੀਂ, ਹੁਣ ਕੇਵਲ ਨਾਮ ਜਪੋ ਰੇ ਪ੍ਰਾਣੀ ਪਰੋ ਇਹ ਕੀ ਸਰਣਾ ਦੀ ਕਾਰ ਕਰਨ ਦਾ ਸਮਾਂ। ਸਾਹਿਬਾਂ ਨੇ ਬਚਨ ਲਿਖਣਾ ਕੀਤਾ, ਸਤਿਯੁਗ ਸੱਤ ਤੇਤਾ ਜਗੀ ਦੁਆਪਰ ਪੂਜਾ ਚਾਰ ਤਿੰਨੋ ਯੁਗ ਤਿੰਨੇ ਦ੍ਰਿੜੇ ਕੱਲ। ਕੱਲ ਦਾ ਭਾਵ ਕਲਯੁਗ ਦੇ ਵਿੱਚ ਕੇਵਲ ਨਾਮ ਆਧਾਰ, ਔਰ ਜਿਹੜਾ ਕੇਵਲ ਪਰਮਾਤਮਾ ਦੇ ਨਾਮ ਦੀ ਆਰਾਧਨਾ ਕਰੇਗਾ ਉਹਦਾ ਹੀ ਨਿਸਤਾਰਾ ਪਾਰ ਉਤਾਰਾ ਹੋ ਜਾਵੇਗਾ। ਔਰ ਨਾਮ ਨੂੰ ਗੁਰੂ ਮਹਾਰਾਜ ਜੀ ਨੇ ਏਡੀ ਵੱਡੀ ਮਹਾਨਤਾ ਦਿੱਤੀ ਹੈ, ਔਰ ਸਭ ਤੋਂ ਪਹਿਲਾਂ ਸਤਿਗੁਰਾਂ ਨੇ ਫਰਮਾਨ ਕੀਤਾ ਜੇ ਤੁਸੀਂ ਪਰਮਾਤਮਾ ਦੇ ਨਾਲ ਜੁੜਨਾ, ਆਪਣੇ ਮੂਲ ਦੇ ਨਾਲ ਅਭੇਦ ਹੋਣਾ, ਕੇਵਲ ਨਾਮ ਜਪ ਕੇ ਹੀ ਪਰਮਾਤਮਾ ਦੇ ਨਾਲ ਤੁਸੀਂ ਅਭੇਦ ਹੋ ਸਕਦੇ ਹੋ, ਔਰ ਇਸ ਤੋਂ ਬਗੈਰ ਹੋਰ ਕੋਈ ਰਸਤਾ ਨਹੀਂ। ਜਦੋਂ ਆਪਾਂ ਜਪਜੀ ਸਾਹਿਬ ਦਾ ਪਾਠ ਪੜ੍ਹਦੇ ਹਾਂ, ਪੰਕਤੀਆਂ ਆਪਾਂ ਰੋਜ਼ ਪੜ੍ਹਦੇ ਹਾਂ, ਪੰਕਤੀਆਂ ਉਹ ਹੀ ਹਨ, ਉਹ ਕੀ ਹਨ, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼, ਜਿਹਨੂੰ ਕਿਹਾ ਬਾਰੰਗ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤੇ ਮਨ ਤਨ ਧਰਪੀਐ। ਬਾਰ ਬਾਰ ਪਰਮਾਤਮਾ ਦੇ ਨਾਮ ਦੀ ਆਰਾਧਨਾ ਕਿਉਂ ਕਰਨੀ ਹੈ, ਇਹ ਹੈ ਰਸਤਾ, ਏਤ ਰਾਹੇ ਪਤ ਪਵੜੀਆਂ। ਇਹ ਰਸਤਾ ਕਿੱਥੇ ਨੂੰ ਜਾਂਦਾ, ਪਤਮਾ ਨੇ ਪਤੀ ਪਰਮਾਤਮਾ ਦੇ ਦੇਸ਼ ਨੂੰ, ਜੋ ਇਹ ਨਾਮ ਜਪਦੀਆਂ ਪੌੜੀਆਂ ਚੜ੍ਹ ਜਾਂਦਾ, ਨਾਮ ਜਪਦੀ ਕਮਾਈ ਕਰ ਲੈਂਦਾ, ਉਹਨੂੰ ਵਸਤਾ ਕੀ ਮਿਲ ਜਾਂਦੀ ਹੈ, ਚੜ੍ਹੀਆ ਹੋਏ ਇਕੀਸ਼, ਉਹ ਇੱਕ ਈਸ਼ਵਰ ਦਾ ਰੂਪ ਬਣ ਜਾਂਦਾ। ਔਰ ਆਪਾਂ ਪੜ੍ਹਦੇ ਹਾਂ ਗੁਰੂ ਰਾਮਦਾਸ ਜੀ ਦਾ ਫਰਮਾਨ, ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕੇ ਲਾਲੀ। ਸੰਸਾਰ ਦੀ ਖੇਡ ਨੂੰ ਚਲਾਉਣ ਵਾਲਾ ਪਰਮਾਤਮਾ ਉਹਨਾਂ ਨੂੰ ਮਿਲ ਜਾਂਦਾ, ਉਹਨਾਂ ਦੇ ਨਾਲ ਅਭੇਦ ਹੋ ਜਾਂਦੇ ਉਹ ਜਗਿਆਸੂ। ਪਰ ਕੌਣ ਮਿਲਦੇ ਆ, ਜਿਨ ਹਰ ਜਪਿਆ। ਔਰ ਆਪਾਂ ਰੋਜ਼ ਸੋਦਰ ਦੇ ਪਾਠ ਵਿੱਚ ਪੜ੍ਹਦੇ ਹਾਂ, ਜਿਨ ਸੇਵਿਆ ਮੇਰਾ ਹਰ ਜੀ ਅਤੇ ਹਰ ਹਰ ਰੂਪ ਸਮਾਸੀ। ਗੁਰੂ ਅਰਜਨ ਦੇਵ ਮਹਾਰਾਜ ਸੱਚ ਪਾਤਸ਼ਾਹ ਜੀ ਨੇ ਇੱਕ ਪੰਕਤੀ ਵਿੱਚ ਹੀ ਇੱਕ ਵਿੱਚ ਸਵਾਲ ਕੀਤਾ, ਦੂਜੀ ਵਿੱਚ ਉੱਤਰ ਦੇਣਾ ਕੀਤਾ। ਜਿਨ੍ਹਾਂ ਨਾ ਵਿਸਰੇ ਨਾਮ ਸੇ ਕਨੇਹਿਆ, ਕਨੇਹਿਆ ਦਾ ਭਾਵ ਕਿਹੋ ਜਿਹੇ ਹੁੰਦੇ ਆ, ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਕਦੀ ਵੀ ਭੁੱਲਦਾ ਨਹੀਂ, ਉਹ ਕਿਹੋ ਜਿਹੇ ਹੋ ਜਾਂਦੇ ਆ, ਆਪ ਹੀ ਉੱਤਰ ਦੇਣਾ ਕੀਤਾ। ਭੇਦ ਨਾ ਜਾਣੋ ਮੂਲ ਸਾਈਂ ਜਿਹੇ ਆ, ਉਹਨਾਂ ਵਿੱਚ ਅਤੇ ਪਰਮਾਤਮਾ ਸਾਈਂ ਵਿੱਚ ਭੋਰਾ ਜਿੰਨਾ ਫਰਕ ਨਹੀਂ ਰਹਿ ਜਾਂਦਾ, ਉਹ ਤਾਂ ਨਾਨਕ ਲੀਨ ਭਇਓ ਗੋਬਿੰਦ ਸਿਓਂ, ਜਿਉਂ ਪਾਣੀ ਸੰਗ ਪਾਣੀ ਦੀ ਅਵਸਥਾ ਨੂੰ ਪ੍ਰਾਪਤ ਹੋ ਜਾਂਦੇ। ਜਿਵੇਂ ਬਾਬਾ ਕਬੀਰ ਜੀ ਨੇ ਡਾਂਕੀ ਦੀ ਜੋਟ ਨਾਲ ਕਹਿ ਦਿੱਤਾ, ਪਹਿਲਾਂ ਆਰੰਭ ਕਿੱਥੋਂ ਕੀਤਾ, ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਏ ਆਸਾਰ, ਰਾਤ ਦਿਨ ਸਕੇ ਕੂਕਨੇ ਕਬੂ ਕੇ ਸੁਨੇ ਪੁਕਾਰ। ਇਹ ਸਾਡੀ ਸਾਧਨਾ ਦੀ ਅਵਸਥਾ ਹੈ, ਜਿਵੇਂ ਆਪਾਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨਾ, ਇਹ ਸਾਡਾ ਜੀਵਨ ਆਧਾਰ ਹੈ। ਔਰ ਇਹੀ ਆਪਾਂ ਮੰਗਦੇ ਗੁਰੂ ਦੇ ਕੋਲੋਂ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪ ਖੁਦ ਮੰਗਿਆ ਪਰਮਾਤਮਾ ਦੇ ਕੋਲੋਂ, ਦਾਤਾ ਮੈਂ ਤੇਰੇ ਪਾਸੋਂ ਕਿਹੜੀ ਵਸਤੂ ਮੰਗਾਂ, ਕਿਉਂਕਿ ਕੋਈ ਵੀ ਵਸਤੂ ਸੰਸਾਰ ਦੀ ਮੰਗਦਾ ਸਦਾ ਇੱਥੇ ਰਹਿਣ ਵਾਲੀ ਨਹੀਂ, ਔਰ ਮੈਂ ਤੇਰੇ ਪਾਸੋਂ ਇੱਕ ਵਸਤੂ ਮੰਗਦਾ ਜੋ ਸਦਾ ਰਹਿਣ ਵਾਲੀ ਹੈ, ਉਹ ਮੇਰੀ ਝੋਲੀ ਵਿੱਚ ਪਾ। ਆਪਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਉਤਸਵ ਮਨਾ ਰਹੇ ਹਾਂ, ਪਰਮੇਸ਼ਰ ਦੇ ਕੋਲੋਂ ਕੀ ਮੰਗਿਆ ਜੋ ਆਪਾਂ ਵੀ ਮੰਗਣਾ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਓ, ਮੈਂ ਕਿਹਾ ਮੰਗੋ ਕਿਛ ਥਿਰ ਨਾ ਰਹਾਈ। ਅਤੇ ਮੰਗਿਆ ਕੀ ਹੈ, ਹਰ ਦੀਜਾ ਨਾਮ ਪਿਆਰੀ ਜੀਓ, ਮੰਗਿਆ ਕੀ ਆ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ। ਮੰਗਿਆ ਕੀ ਹੈ, ਕਰਤਾ ਤੂੰ ਮੇਰਾ ਅਜਮਾਨ, ਇੱਕ ਦੱਖਣਾ ਹੋ ਤੈ ਪੈ ਮੰਗੋ ਦਿਹੋ ਆਪਣਾ ਨਾਮ। ਗੁਰੂ ਅਰਜਨ ਦੇਵ ਜੀ ਨੇ ਪੁਕਾਰ ਕੇ ਕਹਿ ਦਿੱਤਾ, ਹੁਣ ਹੋਰ ਕਰਮ ਧਰਮ ਕਰਨ ਦੀ ਕੋਈ ਲੋੜ ਨਹੀਂ, ਕਿਉਂਕਿ ਕਲਯੁਗ ਦਾ ਸਮਾਂ ਆ ਗਿਆ। ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ,
ਅਨਰੂਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ। ਐਵੇਂ ਭਰਮ ਭੁਲੇਖੇ ਵਿੱਚ ਪੈ ਕੇ ਨਾ ਕੋਈ ਮੂਰਤੀਆਂ ਦੀ ਪੂਜਾ ਕਰੋ, ਨਾ ਕੋਈ ਜੰਤਰਾਂ ਮੰਤਰਾਂ ਦਾ ਉਚਾਰਨ ਕਰੋ, ਨਾ ਕੋਈ ਜਲ ਧਾਰਾ ਕਰੋ, ਨਾ ਕੋਈ ਜਗ ਕਰਨ ਦਾ ਸਮਾਂ ਹੈ, ਨਾ ਕੋਈ ਇਸੇ ਪ੍ਰਕਾਰ ਜਲ ਧਾਰਾ ਕਰਨ ਦਾ ਸਮਾਂ ਹੈ। ਹੁਣ ਜਿਵੇਂ ਸਤਿਗੁਰਾਂ ਨੇ ਬੜੀ ਸੁੰਦਰ ਉਦਾਹਰਣ ਦੇਣਾ ਕੀਤੀ ਹੈ ਇੱਕ ਜ਼ਿਮੀਂਦਾਰ ਦੀ, ਕਹਿੰਦੇ ਜ਼ਿਮੀਂਦਾਰ ਜਿਵੇਂ ਆਪਾਂ ਜ਼ਿਮੀਂਦਾਰ ਲੋਕ ਬੈਠੇ ਹਾਂ, ਜਦੋਂ ਸਾਉਣੀ ਦੀ ਫਸਲ ਦਾ ਸਮਾਂ ਹੁੰਦਾ ਉਦੋਂ ਆਪਾਂ ਸਾਉਣੀ ਦੀ ਫਸਲ ਦੇ ਬੀਜ ਬੀਜਦੇ ਹਾਂ, ਉਹਨਾਂ ਦੇ ਘਰ ਵਿੱਚ ਬੋਹੜ ਆਉਂਦੇ ਆ। ਜਦੋਂ ਹਾੜੀ ਦਾ ਸਮਾਂ ਹੁੰਦਾ ਆਪਾਂ ਹਾੜੀ ਦੇ ਬੀਜ ਪਾਉਂਦੇ ਹਾਂ, ਕਣਕ ਆਦਿਕ ਚਨੇ ਬੀਜਦੇ ਹਾਂ। ਪਰ ਜੇ ਉਸ ਸਮੇਂ ਆਪਾਂ ਝੋਨਾ ਲਾ ਦਈਏ ਸਫਲਤਾ ਨਹੀਂ ਮਿਲਦੀ। ਇਸੇ ਪ੍ਰਕਾਰ ਆਨ ਰੁੱਤੀ ਆਨ ਬੋਈਏ ਫਲ ਨਾ ਫੁੱਲੇ ਤਾਏ, ਕਹਿੰਦੇ ਫਸਲ ਕੋਈ ਹੋਰ ਬੀਜਣ ਦੀ ਰੁੱਤ ਹੋਵੇ, ਬੀਜ ਕੋਈ ਹੋਰ ਪਾ ਦਿੱਤਾ ਜਾਵੇ, ਨਾ ਬੂਟਾ ਉੱਗਦਾ, ਜੇ ਉੱਗ ਵੀ ਖਲੋਵੇ ਨਾ ਉਹਨੂੰ ਫੁੱਲ ਲੱਗਦੇ ਨਾ ਫਲ ਲੱਗਦੇ ਆ। ਇਸ ਕਰਕੇ ਕੇਵਲ ਨਾਮ ਜਪੋ ਰੇ ਪ੍ਰਾਣੀ ਪਰੋ ਏਕ ਹੀ ਸਰਣਾ। ਨਾਮ ਦੀ ਮਹਾਨਤਾ ਦਰਸਾਉਂਦਿਆਂ ਸਤਿਗੁਰਾਂ ਫਰਮਾਨ ਕੀਤਾ, ਜਾਪ ਤਾਪ ਗਿਆਨ ਸਭ ਧਿਆਨ, ਖੱਟ ਸ਼ਾਸਤਰ ਸਿਮਰਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮੱਧੇ ਫਿਰਿਆ, ਅਨਕ ਪ੍ਰਕਾਰ ਕੀਏ ਬਹੁ ਯਤਨਾ, ਪੁੰਨ ਦਾਨ ਹੋਮੈ ਬਹੁ ਰਤਨਾ, ਸਰੀਰ ਕਟਾਏ ਹੋਮੈ ਕਰ ਰਾਤੀ, ਵਰਤ ਨੇਮ ਕਰੇ ਬਹੁ ਭਾਤੀ। ਅਖੀਰ ਵਿੱਚ ਆਪਣਾ ਫੈਸਲਾ ਦੇ ਦਿੱਤਾ ਸਤਿਗੁਰੂ, ਕਹਿੰਦੇ ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ। ਤਾਂ ਤੇ ਇੱਕ ਵਾਰ ਇਕਾਗਰ ਚਿਤ ਹੋ ਕਰਕੇ ਜੋ ਪਰਮਾਤਮਾ ਦਾ ਨਾਮ ਜਪ ਲੈਂਦਾ, ਸਤਿਗੁਰੂ ਕਹਿੰਦੇ ਸਾਰੇ ਕੀਤੇ ਹੋਏ ਸਾਧਨ ਉਹਦੀ ਬਰਾਬਰਤਾ ਨਹੀਂ ਕਰਦੇ। ਤੀਸਰਾ, ਆਪਾਂ ਸਾਰਿਆਂ ਨੂੰ ਨਾਮ ਜਪਣਾ ਚਾਹੀਦਾ ਹਰ ਵੇਲੇ, ਕੋਈ ਸਮਾਂ ਉਹਦਾ ਨਹੀਂ। ਉਠਤ ਬੈਠਤ ਸੋਭਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਏ, ਔਰ ਉੱਠਦਿਆਂ ਵੀ ਸੁੱਤਿਆਂ ਵੀ ਜਾਗਦਿਆਂ ਵੀ ਤੁਰਦਿਆਂ ਵੀ ਗੱਡੀ ਚਲਾਉਂਦਿਆਂ ਵੀ ਹਲ ਵਾਹੁੰਦਿਆਂ ਵੀ ਪ੍ਰਸ਼ਾਦਾ ਪਕਾਉਂਦਿਆਂ ਵੀ ਹਰ ਵੇਲੇ ਪਰਮਾਤਮਾ ਦੇ ਨਾਮ ਦੀ ਆਰਾਧਨਾ ਕਰਨੀ ਹੈ। ਸਾਧ ਸਾਧ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੇ ਚਿੰਦੇ ਧਾਰਨੀ ਬਣਨਾ। ਚੌਥਾ ਉਪਦੇਸ਼ ਗੁਰੂ ਮਹਾਰਾਜ ਜੀ ਨੇ ਕਿਹਾ ਕਿ ਸਰਬੱਤ ਦਾ ਭਲਾ ਕਰੋ ਅਤੇ ਸਰਬੱਤ ਦਾ ਭਲਾ ਮੰਗੋ। ਆਪਾਂ ਦੇਖਦੇ ਗੁਰੂ ਕਾ ਸਿੱਖ ਸਵੇਰ ਤੋਂ ਸ਼ਾਮ ਤੱਕ ਅਰਦਾਸ ਕਰੀ ਜਾਵੇ, ਭਾਵੇਂ ਘੰਟਿਆਂ ਬਾਅਦ ਹੀ ਗੁਰੂ ਦੇ ਕੋਲੋਂ ਆਪਣੇ ਵਾਸਤੇ ਧਨ ਪਦਾਰਥ, ਆਪਣੇ ਪਰਿਵਾਰ ਦੀ ਸੁੱਖ ਸ਼ਾਂਤੀ, ਪਰਿਵਾਰ ਦੀ ਕਾਰੋਬਾਰ ਦੀ ਚੜ੍ਹਦੀ ਕਲਾ ਲਈ ਮੰਗੀ ਜਾਵੇ, ਪਰ ਉਹਦੀ ਅਰਦਾਸ ਓਨਾ ਚਿਰ ਪੂਰੀ ਨਹੀਂ ਹੁੰਦੀ ਜਿੰਨਾ ਚਿਰ ਸਰਬੱਤ ਦਾ ਭਲਾ ਨਹੀਂ ਮੰਗਦਾ। ਇਹ ਪੰਕਤੀਆਂ ਜੋ ਰੋਜ਼ ਆਪਾਂ ਪੰਗੜਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ ਨਹੀਂ ਕਹਿੰਦਾ ਓਨਾ ਚਿਰ ਗੁਰੂ ਕੇ ਸਿੱਖ ਦੀ ਅਰਦਾਸ ਪੂਰੀ ਨਹੀਂ ਹੁੰਦੀ। ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਹੜਾ ਕਿਹਾ ਨਹੀਂ, ਸਰਬੱਤ ਵਿੱਚ ਸਾਰਾ ਸੰਸਾਰ ਆ ਜਾਂਦਾ, ਜਿਹਦੇ ਵਿੱਚ ਨਿਰਾ ਮਨੁੱਖਤਾ ਨਹੀਂ ਆਉਂਦੀ, ਉਹਦੇ ਵਿੱਚ ਪਸ਼ੂ ਪੰਛੀ ਵੀ ਆ ਜਾਂਦੇ ਆ, ਖੂੰਖਾਰ ਜਾਨਵਰ ਵੀ ਆਉਂਦੇ ਆ, ਬਨਸਪਤੀ ਵੀ ਆ ਜਾਂਦੀ ਹੈ, ਔਰ ਸਾਰੀ ਸ੍ਰਿਸ਼ਟੀ ਉਹਦੇ ਵਿੱਚ ਆ ਜਾਂਦੀ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਸਰਬੱਤ ਦਾ ਭਲਾ ਮੰਗਿਆ। ਜਿਹੜਾ ਸਰਬੱਤ ਦਾ ਭਲਾ ਮੰਗਦਾ, ਸਰਬੱਤ ਉਹਦਾ ਭਲਾ ਮੰਗਦਾ। ਆਪਾਂ ਦੇਖਦੇ ਹਾਂ, ਔਰ ਗੁਰੂ ਨਾਨਕ ਪਾਤਸ਼ਾਹ ਸੁੱਤੇ ਪਏ ਆ, ਸੁੱਤੇ ਦਾ ਆਪਾਂ ਕਹਿਣਾ ਗਲਤੀ ਆ, ਮੱਝੀਆਂ ਚਾਰ ਰਹੇ ਆ, ਚਰਨ ਵਾਸਤੇ ਛੱਡ ਦਿੱਤੀਆਂ, ਆਪ ਇੱਕ ਦਰਖਤ ਹੇਠਾਂ ਬੈਠੇ, ਉਹਦੀ ਛਾਇਆ ਢਲ ਗਈ। ਔਰ ਉਸ ਸਮੇਂ ਆਪਾਂ ਸਾਰਿਆਂ ਨੂੰ ਪਤਾ, ਇੱਕ ਫਨੀਅਰ ਨਾਗ ਜਿਹਨੂੰ ਕੋਬਰਾ ਆਪਾਂ ਕਹਿੰਦੇ ਹਾਂ, ਉਹ ਆਪਣੀ ਛਜਲੀ ਤਾਲ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਮੁੱਖ ਉੱਤੇ ਛਾਂ ਕਰ ਰਿਹਾ। ਔਰ ਆਪਾਂ ਦੇਖਦੇ ਹਾਂ ਦੂਸਰਿਆਂ ਨੂੰ ਡੰਗ ਮਾਰਦਾ ਜਿਹਦਾ ਉਹਦਾ ਭਲਾ ਨਹੀਂ ਮੰਗਦੇ, ਪਰ ਗੁਰੂ ਨਾਨਕ ਪਾਤਸ਼ਾਹ ਜੋ ਸਰਬੱਤ ਦਾ ਭਲਾ ਮੰਗਦੇ ਆ, ਉਹਨਾਂ ਨੂੰ ਉਹ ਸਰਪ ਵੀ ਛਾਇਆ ਕਰਦਾ, ਕਿਉਂਕਿ ਉਹ ਸਰਬੱਤ ਦਾ ਭਲਾ ਮੰਗਦੇ ਆ ਅਤੇ ਸਰਬੱਤ ਦਾ ਉਹਨਾਂ ਦਾ ਭਲਾ ਮੰਗਦੀ ਹੈ, ਉਹਨਾਂ ਨੂੰ ਆਰਾਮ ਪਹੁੰਚਾਉਂਦੀ ਆ। ਇਸੇ ਪ੍ਰਕਾਰ ਆਪਾਂ ਦੇਖਦੇ ਹਾਂ ਬਨਸਪਤੀ ਆ, ਉਹਦਾ ਇੱਕ ਗੁਣ ਹੈ, ਜਦੋਂ ਆਪਾਂ ਸੂਰਜ ਲਹਿੰਦੇ ਪਾਸੇ ਜਾਂਦਾ, ਸਾਇਆ ਜਿਹੜੀ ਆ ਚੜ੍ਹਦੇ ਪਾਸੇ ਹੋ ਜਾਂਦੀ ਆ, ਪਰ ਗੁਰੂ ਨਾਨਕ ਪਾਤਸ਼ਾਹ ਬੈਠੇ ਆਪਣੇ ਪਰਮਾਤਮਾ ਦੇ ਨਾਲ ਮਗਨ ਹੋ ਕਰਕੇ ਸਾਰੇ ਦਰਖਤਾਂ ਦੀ ਛਾਇਆ ਢਲ ਗਈ ਹੈ, ਪਰ ਸਰਬੱਤ ਦਾ ਭਲਾ ਮੰਗਣ ਵਾਲੇ ਉੱਤੇ
ਜਿਸ ਦਰਖਤ ਹੇਠਾਂ ਬੈਠੇ ਸਨ ਉਸੇ ਪ੍ਰਕਾਰ ਭਾਵੇਂ ਪੱਛੋਂ ਵਾਲੇ ਪਾਸੇ ਸੂਰਜ ਹੋ ਗਿਆ ਪਰ ਉਸ ਦਰਖਤ ਦੀ ਛਾਇਆ ਨਹੀਂ ਟਲੀ, ਕੁਦਰਤ ਨੇ ਹੀ ਆਪਣਾ ਨੇਮ ਬਦਲਿਆ। ਆਪਾਂ ਦੇਖਦੇ ਇੱਕ ਸਾਖੀ ਆਉਂਦੀ ਆ ਜਿਹੜਾ ਸਾਡਾ ਇਤਿਹਾਸ ਆ ਬੜਾ ਅਣਗੌਲਿਆ। ਗੁਰੂ ਨਾਨਕ ਪਾਤਸ਼ਾਹ ਜਦੋਂ ਲੇਹ ਲਦਾਖ ਤੋਂ ਅਗਾਂਹ ਡਾਗ ਮਾਰ ਗਏ, ਉਸ ਤੋਂ ਇੱਕ ਮੱਠ ਆਉਂਦਾ ਮੁੰਜੂ ਥਾਂਗ, ਉੱਥੇ ਜਦੋਂ ਗੁਰੂ ਨਾਨਕ ਪਾਤਸ਼ਾਹ ਬੈਠੇ ਸਨ ਇੱਕ ਸਿਲਾ ਦੇ ਉੱਤੇ, ਅਤੇ ਉੱਥੇ ਰਿਛ ਸਨ ਚਿੱਟੇ ਅਤੇ ਕਾਲੇ ਰਿਛ, ਉਹਨਾਂ ਦੇ ਦੇਖਿਆ ਉੱਧਰ ਇਤਿਹਾਸ ਕਰਨਲ ਡਾਕਟਰ ਦਵਿੰਦਰ ਸਿੰਘ ਨੇ ਲਿਖਣਾ ਕੀਤਾ। ਸੋ ਥਾਨ ਸੁਹਾਵਾ ਦੇ ਵਿੱਚ ਉਹ ਅਗਲੇ ਤਕਰੀਬਨ ਐਸੇ ਅਗਲੇ ਹਫ਼ਤੇ ਵਿੱਚ ਦਾਸ ਯਤਨ ਕਰੇਗਾ ਉਸਨੂੰ ਛੁਪਾ ਦੇਣਾ। ਇੱਕ ਗੁਰੂ ਨਾਨਕ ਦੇਵ ਜੀ ਦਾ ਅਰਬ ਦਾ ਸਫ਼ਰਨਾਮਾ, ਜੋ ਇਸੇ ਪ੍ਰਕਾਰ ਸੱਯਦ ਮੁਸ਼ਤਾਕ ਹੁਸੈਨ ਜਿਨ੍ਹਾਂ ਨੇ ਗੁਰਸਿੱਖੀ ਧਾਰਨ ਕੀਤੀ, ਗਾਂ ਸੰਤ ਪ੍ਰਤੀਪਾਲ ਸਿੰਘ ਬਣੇ ਆ ਜਿਨ੍ਹਾਂ ਨੇ ਬਹੁਤ ਗੁਰਸਿੱਖੀ ਦਾ ਪ੍ਰਚਾਰ ਕੀਤਾ, ਉਹ ਇਸੇ ਪ੍ਰਕਾਰ ਉਹਨਾਂ ਦਾ ਲਿਖਿਆ ਹੋਇਆ 60 ਪੰਨੇ ਦੀ ਆ, ਉਹ ਵੀ ਇਸੇ ਪ੍ਰਕਾਰ ਗੁਰੂ ਨਾਨਕ ਪਾਤਸ਼ਾਹ ਦੀ ਜੋ ਯਾਦ ਵਿੱਚ ਉਹ ਤਿਆਰ ਹੋ ਰਹੀ ਆ। ਨਾਲ ਹੀ ਗੁਰੂ ਨਾਨਕ ਚਾਲੀਜੇ ਦੇ ਵਿੱਚ ਚਾਰ ਇਹ ਸਬਜੈਕਟ ਕਿਰਤ ਕਰੋ, ਵੰਡ ਕੇ ਛਕੋ, ਪਰਮਾਤਮਾ ਦਾ ਨਾਮ ਜਪੋ, ਸਵਾਦ ਦਾ ਭਲਾ ਕਰੋ ਅਤੇ ਮੰਗੋ, 365 ਪੰਨਿਆਂ ਦੀ ਪੁਸਤਕ ਆ। ਉਹ ਵੀ ਇਸ ਜੋ ਗੁਰੂ ਨਾਨਕ ਪਾਤਸ਼ਾਹ ਜੀ ਦੀ 550ਵੀਂ ਇਹ ਜਿਹੜੀ ਆ ਵਰ੍ਹੇਗੰਢ ਆ ਪ੍ਰਕਾਸ਼ ਉਤਸਵਾ, ਉਹ ਵੀ ਤਿਆਰ ਹੋ ਰਹੀ ਆ, ਸਵਤੀ ਆਪ ਜੀ ਦੇ ਸਾਹਮਣੇ ਆ ਜਾਵੇਗੀ। ਉਹਦੇ ਵਿੱਚ ਲਿਖਣਾ ਕੀਤਾ ਉਹਨਾਂ ਨੇ, ਜਦੋਂ ਰਿਛਾਂ ਨੇ ਦੇਖਿਆ ਕਿ ਬੜਾ ਸੁੰਦਰ ਅੱਗੇ ਇੱਕ ਬੰਦੇ ਨੂੰ ਲੱਭਦੇ ਸਾਂ, ਅੱਜ 3 ਸਾਡੇ ਸ਼ਿਕਾਰ ਹੱਥ ਆ ਗਏ ਆ, ਉਹ ਭੱਜ ਕੇ ਆਏ। ਉਸ ਵੇਲੇ ਲਿਖਣਾ ਕੀਤਾ, ਠੀਕ ਹੈ ਅੱਜ ਕੱਲ੍ਹ ਬੁੱਧੀ ਦੇ ਤਲ ਉੱਤੇ ਤਰਕ ਕਰਨ ਵਾਲੇ ਇਸ ਨੂੰ ਸ਼ਾਇਦ ਮਾ ਮੰਨਣ, ਪਰ ਉਹ ਕਰਨਲ ਦਵਿੰਦਰ ਸਿੰਘ ਜਿਹੜੇ ਰਿਟਾਇਰ ਹੋਏ ਉਹਨਾਂ ਨੇ ਆਪ ਲਿਖਣਾ ਕੀਤਾ, ਉਹ ਥਾਂ ਨੂੰ ਦੇਖ ਕੇ ਆਏ ਆ। ਉਸ ਥਾਂ ਦੇ ਉੱਤੇ ਉਹ ਪੱਥਰ ਜਿਹੜਾ ਸੀ ਤਾਂ ਉੱਠਿਆ, ਔਰ ਰਿਛਾਂ ਤੋਂ ਬਚਾਓ ਵਾਸਤੇ ਸਰਵਾਦਾ ਕਰਨ ਭਲਾ ਕਰਨ ਵਾਲੇ ਨੂੰ ਜੋ ਪੱਥਰ ਆਲੇ ਦੁਆਲੇ ਸਨ ਉਹਨਾਂ ਨੇ ਆਪਣੀ ਬੁੱਕਲ ਵਿੱਚ ਲੈ ਲਿਆ, ਔਰ ਜਦੋਂ ਬੁੱਕਲ ਵਿੱਚ ਲੈ ਲਿਆ ਤਿੰਨਾਂ ਜਾਣਿਆਂ ਦੀ ਉਹ ਛਾਪ ਅਜੇ ਤੱਕ ਉਸ ਪੱਥਰਾਂ ਵਿੱਚ ਲੱਗੀ ਹੋਈ ਆ। ਔਰ ਉਹਨਾਂ ਨੇ ਉੱਥੇ ਗੁਰਦੁਆਰਾ ਸਾਹਿਬ ਕਾਇਮ ਕੀਤਾ, ਔਰ ਉੱਥੋਂ ਦੇ ਜਿਹੜੇ ਵਾਸੀ ਆ ਤਕਰੀਬਨ ਉਸ ਪੱਥਰ ਦਾ 3 ਮੀਲ ਦਾ ਉਹ ਟੁਕੜਾ ਹੈ ਜਿਹਦੀ ਉਹ ਹਰ ਸਾਲ ਪਰਿਕਰਮਾ ਕਰਦੇ ਆ, ਉੱਥੇ ਲੰਗਰ ਲੱਗਦਾ, ਔਰ ਗੁਰੂ ਨਾਨਕ ਪਾਤਸ਼ਾਹ ਜੀ ਨਾਨਕ ਲਾਂਬਾ ਕਰਕੇ ਯਾਦ ਕਰਦੇ ਆ। ਗੁਰੂ ਨਾਨਕ ਪਾਤਸ਼ਾਹ ਜੀ ਦੀ 1000 ਮੂਰਤੀ ਬਣਾ ਕਰਕੇ ਉਹਦੀ ਪੂਜਾ ਕਰਦੇ ਆ, ਔਰ ਹਰ ਸਮੇਂ ਕੋਈ ਵੀ ਉਹਨਾਂ ਨੇ ਕਾਰਜ ਕਰਨਾ ਹੁੰਦਾ ਉਹ ਆਪਣੇ ਤਿੱਬਤੀ ਭਾਸ਼ਾ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਹੈ ਜਿਹਦੇ ਵਿੱਚ ਉਹ ਆਪਣਾ ਗੁਰੂ ਨਾਨਕ ਦੇਵ ਜੀ ਦੇ ਜੋ ਉਹਨਾਂ ਨੂੰ ਉਹ ਪ੍ਰਦਾਨ ਕੀਤਾ ਉੱਥੇ ਇਲਹਾਮ ਬਖਸ਼ਿਸ਼ ਕੀਤਾ ਅਲਾਹੀ ਉਹਦਾ ਪਾਠ ਕਰਦੇ ਆ, ਔਰ ਕੇਵਲ ਅਤੇ ਕੇਵਲ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮੰਨਦੇ ਆ। ਕਹਿਣ ਤੋਂ ਭਾਵ ਜਿਹੜਾ ਸਰਬੱਤ ਦਾ ਭਲਾ ਕਰਦਾ ਉਸ ਨੂੰ ਕੋਬਰੇ ਸਾਬੀ ਛਾਂ ਕਰਦੇ ਆ। ਦਰਖਤ ਵੀ ਆਪਣਾ ਸੁਭਾਅ ਬਦਲ ਲੈਂਦੇ ਆ, ਪੱਥਰ ਜਿਹੜੇ ਆ ਉਹਨੂੰ ਖੂੰਖਾਰ ਜਾਨਵਰਾਂ ਤੋਂ ਬਚਾਉਣ ਵਾਸਤੇ ਆਪਣੀ ਬੁੱਕਲ ਵਿੱਚ ਲੈਂਦੇ ਆ, ਲਾ ਲੈਂਦੇ ਆ। ਉੱਥੇ ਲਿਖਣਾ ਕੀਤਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ 2 ਹੋਰ ਸਾਥੀ ਸਨ, ਅਜੇ ਤੱਕ ਉਹਨਾਂ ਦੀਆਂ ਪਿੱਠਾਂ ਦੇ ਛਾਪਾਂ ਜਿਹੜੀਆਂ ਉੱਥੇ ਲੱਗੀਆਂ ਹੋਈਆਂ। ਔਰ ਇਸੇ ਪ੍ਰਕਾਰ ਪੱਥਰ ਸਾਹਿਬ ਗੁਰਦੁਆਰਾ ਤੁਸੀਂ ਦੇਖਦੇ ਹੋ, ਰਾਖਸ਼ ਨੇ ਪੱਥਰ ਸੁੱਟਿਆ ਅਤੇ ਪੱਥਰ ਆਪਾਂ ਦੇਖਦੇ ਜਿੱਥੇ ਲੱਗ ਜਾ ਲਹੂ ਲੁਹਾਣ ਕਰ ਦਿੰਦਾ, ਔਰ ਜਿਹੜਾ ਉਹਦੇ ਹੇਠਾਂ ਆ ਜਾ ਉਹਨੂੰ ਆਪਦਾ ਅੰਤ ਕਰ ਦਿੰਦਾ। ਪਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਿੱਠ ਦੇ ਨਾਲ ਲੱਗਾ, ਮੋਮ ਬਣ ਗਿਆ, ਔਰ ਪੱਥਰ ਦੀ ਛਾਪ ਅਜੇ ਤੱਕ ਤੁਸੀਂ ਲੇਹ ਲਦਾਖ ਵਿੱਚ ਜਾ ਕੇ ਦੇਖ ਸਕਦੇ ਹੋ। ਇਹ ਕਾਹਦੀ ਬਰਕਤ ਹੈ? ਪੰਜਾ ਲੱਗਾ ਬਲੀ ਕੰਧਾਰੀ ਨੇ, ਆਪਾਂ ਦੇਖਦੇ ਹਾਂ। ਠੀਕ ਆ, ਤਰਕ ਉੱਤੇ ਜੀਣ ਵਾਲੇ ਜਿਹੜੇ ਲੋਕ ਆ ਪ੍ਰਚਾਰ ਵੀ ਕਰਦੇ ਆ ਵੀ ਐਸਾ ਨਹੀਂ ਹੋ ਸਕਦਾ, ਕਿਉਂਕਿ ਉਹਦੀ ਬੁੱਧੀ ਅਨੁਸਾਰ ਉਹ ਨਹੀਂ ਕਰ ਸਕਦੇ, ਅਤੇ ਗੁਰੂ ਨਾਨਕ ਪਾਤਸ਼ਾਹ ਉੱਤੇ ਵੀ ਕਿੰਦੂ ਪ੍ਰੰਤੀ ਕਰਦੇ ਆ, ਨਹੀਂ। ਗੁਰੂ ਕੇ ਸਿੱਖ ਦਾ ਕਰਮ ਕੀ ਆ? ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਗੁਰੂ ਤਾਂ ਮਰਿਆਂ ਨੂੰ ਜੀਣਾ ਕਰ ਦਿੰਦਾ, ਜਿਵੇਂ ਗੁਰੂ ਦਸਵੇਂ ਪਾਤਸ਼ਾਹ ਜੀ ਨੇ ਕੀਤਾ, ਮ੍ਰਿਤ ਕੋ ਜੀ ਬਾਲਣ ਹਾਰ, ਭੁੱਖੇ ਕੋ ਦੇਵਤ ਆਧਾਰ। ਸੋ ਆਪਾਂ ਯਤਨ ਕਰੀਏ ਜੋ ਗੁਰੂ ਮਹਾਰਾਜ ਜੀ ਨੇ ਆਪਣੀ ਜ਼ਿੰਦਗੀ ਵਿੱਚ ਪੂਰਨੇ ਪਾ ਕੇ ਸਾਨੂੰ ਇੱਕ ਚਾਲੀ ਦਿੱਤੀ ਹੈ ਕਿ ਹਰ ਮਨੁੱਖ ਨੂੰ ਕਿਰਤ ਕਰਨੀ ਚਾਹੀਦੀ ਹੈ।
ਕਿਰਤ ਕਰਕੇ ਉਹਦੇ ਵਿੱਚੋਂ ਦਸਵੰਧ ਕੱਢ ਕੇ ਗਰੀਬ ਲੋੜਵੰਦ ਦੀ ਸਹਾਇਤਾ ਕਰਨੀ ਚਾਹੀਦੀ ਆ। ਗਰੀਬ ਦਾ ਮੂੰਹ ਗੁਰੂ ਦੀ ਗੋਲਕ ਜਾਣਨਾ ਚਾਹੀਦਾ। ਤੀਸਰਾ ਹੈ ਕਿ ਪਰਮਾਤਮਾ ਦਾ ਨਾਮ ਜਪਣਾ, ਇਹ ਕਿਸੇ 'ਤੇ ਆਸਾਨ ਨਹੀਂ ਕਰਨਾ, ਆਪਣੇ ਭਲੇ ਵਾਸਤੇ ਕਰਨਾ। ਜੋ ਜਪਣਗੇ ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਿ ਲਾਲੀ, ਉਹ ਆਪਣੇ ਮੂਲ ਦੇ ਨਾਲ ਜੁੜ ਜਾਵੇਗਾ। ਚੌਥਾ ਹੈ ਸਰਬੱਤ ਦਾ ਭਲਾ ਕਰਨਾ ਅਤੇ ਸਰਬੱਤ ਦਾ ਭਲਾ ਮੰਗਣਾ। ਇਹ ਗੁਰੂ ਚਰਨਾਂ ਵਿੱਚ ਅਰਦਾਸ ਹੈ। ਸਤਿਗੁਰੂ ਚਾਰੇ ਉਪਦੇਸ਼ ਸਾਡੀ ਝੋਲੀ ਵਿੱਚ ਪਾਉਣ, ਆਪਾਂ ਇਹਨਾਂ ਉਪਦੇਸ਼ਾਂ ਦੇ ਧਾਰਨੀ ਬਣ ਜਾਈਏ। ਜਿੱਥੇ ਐਡਾ ਵੱਡਾ ਪਟਨੂਰਾ ਨਗਰ ਨਿਵਾਸੀ ਇਸ ਨਗਰ ਨੇ ਉੱਦਮ ਕਰਨਾ ਕੀਤਾ, ਇਹ ਤਾਂ ਹੀ ਸਫਲਾ ਹੈ। ਜਿੱਥੇ ਛੋਟੇ ਬੱਚਿਆਂ ਨੇ ਨੌਜਵਾਨਾਂ ਨੂੰ ਉੱਦਮ ਕੀਤਾ, ਇਹਨਾਂ ਦਾ ਉੱਦਮ ਕੀਤਾ ਹੈ, ਉਹ ਤਾਂ ਹੀ ਸਫਲ ਹੈ। ਜੋ ਆਪਾਂ ਇਸ ਸਟੇਜ ਦੇ ਉੱਤੋਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਿੱਖਿਆ ਸੁਣੀ ਹੈ ਜਾਂ ਅਗਾਂਹ ਸੁਣਨੀ ਹੈ, ਉਸ ਇੱਕ ਅੱਧ ਸਿੱਖਿਆ ਨੂੰ ਆਪਾਂ ਹਿਰਦੇ ਵਿੱਚ ਵਸਾ ਕੇ ਉਹਦੇ ਉੱਤੇ ਅਮਲ ਕਰੀਏ। ਫਿਰ ਸਾਡਾ ਇਹ ਪ੍ਰੋਗਰਾਮ ਕੀਤਾ ਔਰ ਇਹ ਸਮਾਗਮ ਮਨਾਇਆ ਔਰ ਸੱਚੀ ਸ਼ਰਧਾਂਜਲੀ ਗੁਰੂ ਨਾਨਕ ਪਾਤਸ਼ਾਹ ਨੂੰ ਦਿੱਤੀ ਹੋਈ ਸਭਲੀ ਆ। ਜੇ ਆਪਾਂ ਆਏ, ਲੰਗਰ ਛਕਿਆ ਔਰ ਆਪਾਂ ਘਰਾਂ ਨੂੰ ਖਾਲੀ ਚਲੇ ਗਏ, ਫਿਰ ਬਹੁਤਾ ਕੋਈ ਲਾਭ ਨਹੀਂ ਹੋਣਾ। ਸੋ ਇਸ ਕਰਕੇ ਗੁਰੂ ਪਾਤਸ਼ਾਹ ਜੀ ਦਾ ਫਰਮਾਨ ਹੈ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਜੇ ਇਸ ਸਮਾਗਮ ਵਿੱਚੋਂ ਇੱਕ ਵੀ ਆਪਾਂ ਗੁਰੂ ਦੀ ਸਿੱਖਿਆ ਨੂੰ ਸੁਣ ਕੇ ਉਹਨੂੰ ਪੱਲੇ ਬੰਨ ਲਿਆ, ਫਿਰ ਸਾਨੂੰ ਲੋਕ ਵੀ ਸੁਖੀ, ਪਰਲੋਕ ਵੀ ਸੁਹੇਲਾ। ਫਿਰ ਜਿਵੇਂ ਪਹਿਲਾਂ ਭਾਈ ਮਹਿਲ ਸਿੰਘ ਜੀ ਆਪ ਜੀ ਨੂੰ ਬੇਨਤੀ ਕਰਕੇ ਗਏ ਆ ਕਿ ਹਰ ਇੱਕ ਪ੍ਰਾਣੀ ਨੂੰ ਆਪਣੇ ਭਲੇ ਵਾਸਤੇ ਗੁਰੂ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਚਾਹੀਦਾ, ਕਿਉਂਕਿ ਸਤਿਗੁਰੂ ਦਾ ਹੁਕਮ ਹੈ, ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਆ ਨ ਕਰ ਪ੍ਰਗਟ ਆਖ ਸੁਣਾਇਆ। ਮਤ ਕੋ ਭਰਮ ਭੁਲੈ ਸੰਸਾਰ, ਗੁਰਬਿਨ ਕੋਏ ਨਾ ਉਤਰ ਸਪਾਰ। ਜਿਹੜੇ ਗੁਰੂ ਵਾਲੇ ਬਣੇ ਉਹਨਾਂ ਦੇ ਜੀਵਨ ਕੀ ਵਿੱਚ ਕੀ ਤਬਦੀਲੀ ਆਈ ਹੈ, ਭੱਟ ਜਾਣ। ਜਿਨ੍ਹਾਂ ਨੇ ਸਾਲ ਭਰ ਪਹਿਲਾਂ ਗੁਰੂ ਦੀ ਟੋਲ ਭਾਲ ਕੀਤੀ ਔਰ ਉਹਨਾਂ ਦੀ ਤਸੱਲੀ ਨਹੀਂ ਹੋਈ, ਜਦੋਂ ਗੁਰੂ ਅਰਜਨ ਦੇਵ ਦੀ ਚਰਨਾਂ ਵਿੱਚ ਆਏ, ਫਿਰ ਉਹਨਾਂ ਦਾ ਜੀਵਨ ਕਿਹੋ ਜਿਹਾ ਬਣ ਗਿਆ? ਕਹਿੰਦੇ ਕੱਚੋ ਕੰਚਨ ਭਇਓ ਸ਼ਬਦ ਗੁਰ ਸਰਬਣਾ ਸੁਣਿਓ, ਬਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ, ਲੋਹੋ ਹੋਇਓ ਲਾਲ ਨਦਰ ਸਤਿਗੁਰ ਜਾ ਧਾਰੇ, ਪਾਹਣ ਮਾਣਕ ਕਰੇ ਗਿਆਨ ਗੁਰ ਕਹਿਓ ਵਿਚਾਰੇ, ਕਾਠੋ ਸ੍ਰੀਖੰਡ ਸਤਿਗੁਰ ਕੀਓ, ਦੁੱਖ ਦਰਦਰ ਤਿਨਕੇ ਗਏ, ਸਤਿਗੁਰ ਚਰਨ ਜਿਨ ਪਰਸਿਆ ਸੇ ਪਸ ਪ੍ਰੇਤ ਸੁਰ ਨਰ ਭਏ, ਨਾਲ ਕਿਆ ਜਾਮ ਗੁਰੂ ਹੋਏ ਵੱਲ ਧਨੇ ਕਿਆ ਗਾਰਵ ਦਿਜੈ, ਜਾਮ ਗੁਰੂ ਹੋਏ ਵੱਲ ਲੱਖ ਵਾਹੇ ਕਿਆ ਕਿਜੈ, ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨਨ ਪਰ, ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸੱਚਾ ਘਰ, ਜੋ ਗੁਰੂ ਗੁਰੂ ਐਨਸ ਜਪੈ ਦਾਸ ਭੱਟ ਬੇਨਤ ਕਹੈ, ਜੋ ਗੁਰੂ ਨਾਮ ਰਿਧਮੈ ਧਰੈ ਸੇ ਜਨਮ ਮਰਨ ਦੋ ਥੇ ਰਹਿ। ਭੱਟ ਜਨ ਗਰੰਟੀ ਦਿੰਦੇ ਆ, ਜੋ ਗੁਰੂ ਦਾ ਨਾਮ ਆਪਣੇ ਹਿਰਦੇ ਵਿੱਚ ਵਸਾ ਲੈਂਦੇ ਆ, ਉਹਨਾਂ ਦਾ ਆਵਾਗਾਉਣ ਦਾ ਚੱਕਰ ਮੁੱਕ ਜਾਂਦਾ। ਸਮਾਂ ਕੁਝ ਵਧੇਰੇ ਲੱਗ ਗਿਆ, ਜਿਹਦੀ ਦੀ ਖਿਮਾ ਦਾ ਜਾਤਕ ਹੈ। ਹੁਣ ਆਪ ਜੀ ਨੇ ਅਗਲਾ ਪ੍ਰੋਗਰਾਮ ਜੋ ਹੈ ਸਟੇਜ ਸਕੱਤਰ ਪਾਤਸ਼ਾਹ ਪਾਸੋਂ ਸਰਵਣ ਕਰਨਾ ਹੈ। ਦਾਸ ਦੇ ਬੋਲਦਿਆਂ ਹੋਇਆਂ, ਕਿਉਂਕਿ ਮੈਂ ਕੋਈ ਕਥਾਵਾਚਕ ਨਹੀਂ ਨਾ ਕੋਈ ਗੁਣੀ ਗਿਆਨੀ ਹੈ, ਜੋ ਆਪ ਜੀ ਨੇ ਹੁਕਮ ਹੋਇਆ ਉਹ ਸੰਸਾਰ ਜੋ ਬੁਲਾਵਾ ਤੋਂ ਬੋਲਿਆ ਸੁਆਮੀ ਦੀ ਕਾਰ ਕੀਤੀ ਆ। ਜੇ ਕੋਈ ਗੱਲ ਚੰਗੀ ਲੱਗੀ ਹੋਵੇ ਗੁਰੂ ਦਾ ਬੰਧ ਜਾਣ ਕੇ ਹਿਰਦੇ ਵਿੱਚ ਥਾਂ ਦੇਣਾ, ਜੋ ਕੋਈ ਮਨਮੰਤ ਅਨੁਸਾਰ ਗੱਲ ਕਹੀ ਗਈ ਹੋਵੇ ਦਾਸ ਦੀ ਝੋਲੀ ਪਾ ਦੇਣਾ, ਨਾਲ ਖਿਮਾ ਕਰ ਦੇਣੀ, ਅਗਾਂਹ ਤੋਂ ਦਿਓ ਸੱਜਣ ਸਿਸਲੀਆਂ ਜੋ ਹੋਵੇ ਸਾਹਿਬ ਸੋ ਮੇਲ। ਔਰ ਜੋ ਆਪ ਜੀ ਦੇ ਨਾਲ ਵਚਨ ਕੀਤਿਆ, ਮੈਂ ਪੂਰਨ ਤੌਰ 'ਤੇ ਉਹਨਾਂ ਸਿੱਖਿਆਵਾਂ ਦਾ ਧਾਰਨੀ ਬਣ ਸਕਾਂ, ਭੁੱਲਾਂ ਚੁੱਕਾਂ ਦੀ ਖਿਮਾ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।